ਹੁਣ ਬੋਲ ਲੈ। ਇਹ ਰੀਤ ਅੱਜ ਵੀ ਉਹ ਮੁੰਡਾ ਉੱਥੇ ਖੜਾ ਹੈਗਾ। ਕਈ ਦਿਨਾਂ ਤੋਂ ਨੋਟ ਕਰ ਰਹੀ ਆ ਮੈਂ ਉਹਨੂੰ, ਮੈਨੂੰ ਲੱਗਦਾ ਤੈਨੂੰ ਉਹ ਪਿਆਰ ਕਰਦਾ। ਤੂੰ ਕਰਦੇ ਨਾਲ ਹੀ ਹਾਂ ਅਮਨ, ਮੈਂ ਕਿਸੇ ਨੂੰ ਪਿਆਰ ਪਿਓਰ ਨਹੀਂ ਕਰਦੀ। ਤੈਨੂੰ ਪਤਾ ਮੇਰੇ ਘਰਦੇ ਮੈਨੂੰ ਜਾਨ ਤੋਂ ਮਾਰ ਦੇਣਗੇ। ਲੈ ਕਿਵੇਂ ਮਾਰ ਦੇਣਗੇ? ਨਾਲੇ ਜੇ ਮੇਰੇ ਘਰਦੇ ਨੂੰ ਪਤਾ ਲੱਗ ਗਿਆ ਨਾ, ਉਹ ਤਾਂ ਮੈਨੂੰ ਜਾਨ ਤੋਂ ਹੀ ਮਾਰ ਦੇਣਗੇ। ਜਾਣੀ ਕਿਧਰੇ ਨੀ ਤੇਰੇ ਘਰੇ ਪਤਾ ਲੱਗਦਾ, ਕਰਦੇ ਹਾਂ ਵਿਚਾਰੇ ਨੂੰ, ਹਜੇ ਵੀ ਨਾ ਦੇਖੀ ਜਾ ਰਿਹਾ ਦੇਖ ਸਿਮੜ ਕੇ। ਨਾਲੇ ਮੁੰਡਾ ਤਾਂ ਦੇਖ ਲਾ ਕਿੰਨਾ ਸੋਹਣਾ ਹੈਗਾ। ਮੈਨੂੰ ਤਾਂ ਕੋਈ ਸੋਹਣਾ ਨੀ ਲੱਗਦਾ, ਨਾਲੇ ਜੇ ਤੈਨੂੰ ਸੋਹਣਾ ਲੱਗਦਾ ਨਾ, ਤੂੰ ਹੀ ਕਰ ਲਾ ਉਹਦੇ ਨਾਲ ਪਿਆਰ। ਹਾਏ ਮੇਰੇ ਵੱਲ ਤਾਂ ਉਹ ਦੇਖਦੇ ਹੀ ਨੀ, ਤੂੰ ਦਿਲ ਦੀ ਗੱਲ ਕਰਦੀ, ਮੈਂ ਤਾਂ ਜਾਣ ਦੇ ਦਾਂ। ਮੇਰੇ ਵੱਲ ਤਾਂ ਉਹ ਦੇਖਦਾ ਨੀ, ਪਰ ਦਿਲ ਤਾਂ ਉਹਦਾ ਤੇਰੇ ਤੇ ਆਇਆ ਹੋਇਆ। ਦੀਦੀ ਤੁਸੀਂ ਪਾਗਲ ਹੋਏ ਹੋ, ਇੱਕ ਪਿੰਡ ਦੇ ਮੁੰਡਾ ਕੁੜੀ ਕਿਵੇਂ ਪਿਆਰ ਕਰ ਸਕਦੇ ਨੇ? ਐ ਨੀ ਹੋ ਸਕਦਾ। ਨਹੀਂ ਹੋ ਕਿਉਂ ਨੀ ਸਕਦਾ, ਨਾਲੇ ਉਹ ਕਿਹੜਾ ਆਪਣੀ ਪਿੰਡ ਦਾ ਹੈਗਾ, ਉਹ ਤਾਂ ਬਾਹਰੋਂ ਆ ਕੇ ਰਹਿਣ ਲੱਗੇ ਨੇ ਇੱਥੇ। ਓਹੋ ਚਲੋ ਜੀ ਚੱਲੀਏ, ਚਾਹੇ ਪਿੰਡ ਦਾ ਚਾਹੇ ਬਾਹਰੋਂ ਆ ਕੇ ਰਹਿਣ ਲੱਗਿਆ, ਹੈ ਤਾਂ ਪਿੰਡ ਚ ਹੀ ਨਾ, ਚੰਗਾ ਨੀ ਲੱਗਦਾ ਐਵੇਂ। ਚਲ ਚੰਗਾ ਬਾਏ। ਬਾਏ ਬਾਏ। ਮੇਰੀ ਗੱਲ ਸੁਣੋ ਜੀ, ਰੀਤ ਵੀ ਆਉਣ ਵਾਲੀ ਆ, ਤੇ ਮੈਂ ਐਂ ਕਹਿੰਦੀ ਰੀਤ ਵਾਸਤੇ ਕੋਈ ਨਾ ਮੁੰਡਾ ਲੱਭੋ। ਮੁੰਡਾ ਤਾਂ ਲੱਭ ਲਈਏ, ਜਿਵੇਂ ਕੋਈ ਆਪਣਾ ਖਾਨਦਾਨ ਹੈ, ਜੇ ਰਿਸ਼ਤਾ ਮਿਲ ਜੇ ਨਾ, ਫਿਰ ਆਪਾਂ ਫਿਰ ਹੀ ਲੁਟਾਓ। ਬਾਪੂ ਮੈਂ ਨਹੀਂ ਹਲੇ ਕਰਾਉਣਾ ਵਿਆਹ ਵਿਓ। ਲੈ ਕਿਉਂ ਪੁੱਤਰ, ਟਾਈਮ ਤਾਂ ਹੋਇਆ ਹੀ ਪਿਆ, ਹੁਣ ਵਿਆਹਣ ਯੋਗ ਹੋ ਰਹੀ ਆ ਤੂੰ। ਬੇਬੇ ਅਜੇ ਮੈਂ ਪਲੱਸ ਟੂ ਚ ਆ, ਹੁਣ ਹੀ ਮੇਰਾ ਵਿਆਹ ਕਰ ਦੋਗੇ? ਉਹ ਪੁੱਤ ਇਹ ਵਿਆਹ ਕੋਈ ਐ ਨਹੀਂ ਹੁੰਦਾ ਵੀ ਆਪਾਂ ਜੇ ਅੱਜ ਵਿਆਹ ਦੀ ਗੱਲ ਕਰਦੇ ਅੱਜੇ ਹੋ ਜਾਊਗਾ। ਬਸ ਮੈਂ ਨਹੀਂ ਕਰਾਉਣਾ। ਨਹੀਂ ਪੁੱਤ ਉਹ ਤਾਂ ਤੇਰੀ ਗੱਲ ਠੀਕ ਹੈ, ਹਰ ਇੱਕ ਲੜਕੀ ਇਹ ਕਹਿੰਦੀ ਵੀ ਮੈਂ ਨਹੀਂ ਕਰਾਉਣਾ, ਪਰ ਧੀਆਂ ਦਾ ਨਾ ਵਿਆਹ ਪੁੱਤ ਕਰਨਾ ਪੈਂਦਾ। ਅਸੀਂ ਤਾਂ ਐਂ ਗੱਲ ਕਰਦੇ ਸੀ ਵੀ ਕੋਈ ਚੰਗਾ ਆਪਣੇ ਵਾਂਗੂ ਖਾਨਦਾਨ ਸ਼ਰੀਫ ਮਿਲ ਜੇ, ਚੰਗੀ ਜ਼ਮੀਨ ਮਿਲ ਜੇ, ਉਹੀ ਤਾਂ, ਜਾਂ ਕੋਈ ਜੋਬ ਕਰਦਾ ਹੋਵੇ ਮੁੰਡਾ। ਹੈ ਅਸੀਂ ਤਾਂ ਐਂ ਰਹਿ ਕਰਦੇ ਪੁੱਤ, ਕਰਾਂਗੇ ਤਾਂ ਤੇਰੀ ਰਾਜਾਮੰਦੀ ਨਾਲ ਹੀ। ਮੰਮੀ ਮੈਂ ਨਹੀਂ ਅਜੇ ਵਿਆਹ ਵੀ ਕਰਾਉਣਾ, ਵੀਰੇ ਦਾ ਕਰ ਦੋ। ਲੈ ਕਿ ਵਿਆਹ ਨਹੀਂ ਕਰਾਉਣਾ, ਵਿਆਹ ਤਾਂ ਖੈਰ ਕਰਨਾ ਹੀ ਹੈ, ਤੇਰਾ ਵਿਆਹ ਕਰਕੇ ਫਿਰ ਮੁੰਡੇ ਦਾ ਕਰਨਾ ਹੈਗਾ, ਅਖੇ ਮੈਂ ਵਿਆਹ ਨਹੀਂ ਕਰਾਉਣਾ, ਇਹ ਕੀ ਗੱਲ ਹੋਈ? ਬੇਬੇ ਨਹੀਂ ਕਰਾਉਣਾ ਮੈਂ ਅਜੇ ਕਾਲਜ 'ਚ ਪੜ੍ਹਨਾ ਹੈ। ਪੁੱਤ ਤੇਰੀ ਪੜ੍ਹਨ ਦੀ ਗੱਲ ਤਾਂ ਠੀਕ ਹੈ, ਇਹ ਤੇਰੀ ਬੀਬੀ ਤਾਂ ਐਂ ਰਹੀ ਹੈ ਵੀ ਤੇਰਾ ਵਿਆਹ ਕਰਕੇ ਉਹਦਾ ਤੇਰੇ ਵੀਰੇ ਦਾ ਵੀ ਕਰਨਾ, ਆਹ ਗੱਲ ਕਰਦੀ। ਉਹੀ ਤਾਂ ਗੱਲ ਹੈ, ਫਿਰ ਪਹਿਲਾਂ ਵੀਰੇ ਦਾ ਕਰ ਦੋ। ਤੇਰਾ ਕਰਨਾ ਪਹਿਲਾਂ, ਉਹ ਤੇਰੇ ਨਾਲ ਛੋਟਾ ਹੀ ਹੈ। ਚੱਲ ਕੋਈ ਗੱਲ ਨਹੀਂ, ਚੱਲ ਸੋਚ ਲਾਂਗੇ ਪੁੱਤ, ਕੋਈ ਗੱਲ ਨਹੀਂ, ਹਾਲ ਤਾਂ ਗੱਲਾਂ ਹੀ ਕਰਦੇ ਹਾਂ ਆਪਾਂ, ਉਹਦੇ ਬਾਰੇ ਵੀ ਕੋਈ ਰਿਸ਼ਤੇ ਦੀ ਗੱਲ ਚੱਲੂ, ਤੇਰੇ ਵਾਸਤੇ ਚੰਗਾ ਰਿਸ਼ਤਾ ਭਾਲਦੇ ਹਾਂ, ਆਹ ਗੱਲਾਂ ਕਰੀ ਜਾਂਦੇ। ਮੈਂ ਹੀ ਕਰਾਉਂਦੀ। ਚੱਲ ਜਾ ਕੇ ਚੰਗਾ ਚਾਹ ਪਾਣੀ ਪੀ ਲਾ, ਬਣਾਈ ਪੀ ਜਾ, ਮੈਂ ਰੋਟੀ ਖਾ ਲਈ। ਚੰਗਾ ਲੈ ਦੇਖ ਲਾ। ਓਏ ਉਹ ਤਾਂ ਤੇਰੀ ਗੱਲ ਤਾਂ ਠੀਕ ਹੈ, ਉਹ ਹੁਣ ਕਾਲਜ ਤੋਂ ਆਈ ਹੈ, ਉਹਨੂੰ ਚਾਹ ਪਾਣੀ ਤਾਂ ਪੀ ਲਿਆ ਕਰਨ ਦੇ, ਉਹਦੇ ਨੂੰ ਆਪਾਂ ਤਾਂ ਗੱਲਾਂ ਕਹੋ, ਕੁਦਰਤ ਉੱਤੇ ਆ ਗਈ। ਪਰ ਉਹ ਉੱਤੇ ਆ ਗਈ, ਉਹੀ ਤਾਂ ਗੱਲ ਹੈ, ਆਪਾਂ ਤਾਂ ਗੱਲ ਕਰਨੀ ਹੈ ਘਰੇ। ਚੱਲ ਕੋਈ ਨਹੀਂ, ਅੱਜ ਕੱਲ੍ਹ ਜਵਾਕ ਕਹਿੰਦੇ ਹੁੰਦੇ ਨੇ ਮੈਂ ਹਲੇ ਹੋਰ ਪੜ੍ਹਨਾ, ਜੇ ਪੜ੍ਹ ਲਿਖ ਲੂਗੀ ਹੋਰ ਆਪਾਂ ਨੂੰ ਤਾਂ ਫਾਇਦਾ ਹੀ ਹੈ, ਫਿਰ ਕੋਈ ਨੌਕਰੀ ਮਿਲ ਜੂ ਵਧੀਆ। ਉਹ ਤਾਂ ਗੱਲ ਤੁਹਾਡੀ ਠੀਕ ਹੈ। ਹਾਂ ਠੀਕ ਹੈ। ਮੈਨੂੰ ਤਾਂ ਲੱਗਦਾ ਵੀ ਨਾ ਮੰਮੀ ਡੈਡੀ ਮੈਨੂੰ ਜਮੀ ਪਿਆਰ ਨਹੀਂ ਕਰਦੇ, ਹਜੇ ਮੇਰੀ ਪੜ੍ਹਾਈ ਵੀ ਨਹੀਂ ਪੂਰੀ ਹੋਈ, ਪਹਿਲਾਂ ਹੀ ਵਿਆਹ ਦੀਆਂ ਗੱਲਾਂ ਸ਼ੁਰੂ ਕਰ ਲਈਆਂ। ਮੈਂ ਗੱਲ ਸੁਣਾਂ, ਮੈਨੂੰ ਤਾਂ ਲੱਗਦਾ ਨਾ ਜੇ ਬਸ ਮੈਨੂੰ ਇਕੱਲਾ ਰਵੀ ਹੀ ਪਿਆਰ ਕਰਦਾ, 2 ਮਹੀਨੇ ਹੋ ਗਏ ਮੇਰੇ ਪਿੱਛੇ ਫਿਰਦੇ ਨੂੰ, ਕਿਸੇ ਹੋਰ ਵੱਲ ਦੇਖਦਾ ਵੀ ਨਹੀਂ ਹੈਗਾ। ਗੱਲ ਸੁਣ ਪੁੱਤ,
ਸਿੰਪਲ ਜਾਇਆ ਕਰ, ਸਿੰਪਲ ਸਿਰ ਬਾਹ ਕੇ ਸਕੂਲ ਜਾਇਆ ਕਰ, ਆਏ ਨਾ ਜਾਇਆ ਕਰ, ਟੋਰ ਜੀ ਕੱਢ ਕੇ ਟਾਈਮ ਮਾੜਾ ਪੁੱਤ ਤਾਂ ਕਹੀ ਨੀ ਆ, ਤੇ ਨਾਲੇ ਆ ਕੁਛ ਪਾ ਲਾ, ਠੰਡ ਲੱਗ ਜੂ। ਬਸ ਬੇਬੇ ਅੱਜ ਨੀ ਮੈਂ ਪਾਉਣਾ। ਕਿਉਂ ਫਿਰ ਠੰਡ ਲੱਗ ਗਈ, ਮੂੰਹ ਢੱਡ ਕੇ ਪੈ ਜੀ ਮੇਰੀ ਜਾਨ ਨੂੰ ਸਿਆਪਾ ਕਰੇਂਗੀ ਫਿਰ। ਨਹੀਂ ਪੈਂਦੀ, ਕੱਲ ਪਾ ਕੇ ਗਈ ਸੀ ਉਹ, ਮੈਂ ਹੁਣ ਮੈਂ ਰੋਜ਼ ਰੋਜ਼ ਇੱਕੋ ਹੀ ਪਾਈ ਜਾ ਕਰਾਂ ਜਾਕਟ ਜੀ, ਹੋਰ ਲਿਆ ਕੇ ਦੇ ਨਾਲੇ। ਹੋਰ ਹੈ ਨੀ ਤੇਰੇ ਕੋਈ ਹੁਣ? ਦੇਖ ਲਓ ਮਾੜੀ ਜਿਹੀ ਚੀਜ਼ ਦੋ ਚਾਰ ਵਾਰੀ ਧੋ ਦਿਓ, ਉਹੀ ਇਹਦੀ ਪੁਰਾਣੀ ਹੋ ਜਾਂਦੀ, ਇਹ ਤਾਂ ਮੈਂ ਪਾਉਣੀ ਨੀ, ਰੋਜ਼ ਨਵੀਂ ਮੈਂ ਕਿੱਥੋਂ ਲੈ ਲੈਂਦਾ ਮੈਂ ਤੈਨੂੰ। ਚੱਲ ਚੰਗਾ ਬੇਬੇ, ਅੱਜ ਤਾਂ ਉਹਦੀ ਕੱਲ ਨੂੰ ਪਾ ਜੂੰਗਾ, ਅੱਜ ਤਾਂ ਮੈਂ ਆਈ ਜਾਊਂ ਬਸ। ਆਈ ਨਾ ਆਏਗੀ, ਦੇਖ ਲਾ ਇੰਨੀ ਠੰਡ ਹੈ। ਇੰਨੀ ਕਿੱਥੇ ਠੰਡ ਆ, ਮੈਂ ਤਾਂ ਦੇਖ ਲਾ ਪਾਈ ਖੜੀ ਹਾਂ, ਹੁਣ ਬੁੜੀ ਹੋ ਗਈ ਬੇਬੇ। ਚੱਲ ਚੰਗਾ, ਆਖੇ ਲੱਗ ਜਾ, ਬਗ ਜਾ, ਟਾਈਮ ਨਾਲ ਆਈ। ਠੀਕ ਆ, ਬੈਗ ਤਾਂ ਚੱਕ ਲਾ। ਬੈਗ ਤਾਂ ਹੁਣ ਚੱਕਣੇ, ਔਰ ਮੈਂ ਜਾਊਂਗੀ ਮਗਰ ਲੈ ਕੇ। ਹੈਲੋ, ਹਾਂਜੀ ਦੀਦੀ, ਬਸ ਆ ਜਾਓ ਮੋੜ ਤੇ, ਆਉਣਾ ਨੀ ਭੂਆ ਕੋਲ ਜਾਣਾ। ਚਲੋ ਠੀਕ, ਓਕੇ। ਆਈ ਨਹੀਂ ਅੱਜ, ਬੜਾ ਟਾਈਮ ਲੱਗਾ, ਅੱਜ ਤੈਨੂੰ ਕਈ ਦਿਨਾਂ ਜਿਗਰਾ ਕਰਕੇ ਕੁਛ ਹੋਏ ਚਾਹੇ ਗੱਲ ਪਈ ਆ ਗਈ। ਕੀ ਗੱਲ ਰਵੀ, ਤੂੰ ਰੋਜ਼ ਮੇਰੇ ਵੱਲ ਕਿਉਂ ਦੇਖਦਾ ਰਹਿੰਦਾ? ਸੋਹਣੀ ਚੀਜ਼ ਵੱਲ ਤਾਂ ਨਾ ਦੇਖੀ ਜਾਂਦਾ, ਨਾਲੇ ਮੈਂ ਕਿਹੜਾ ਤੈਨੂੰ ਕਦੇ ਕੁਛ ਕਿਹਾ। ਐਵੇਂ ਕਿਸੇ ਦੇ ਰਾਹ 'ਚ ਕੱਢਣਾ ਨਾ ਠੀਕ ਨਹੀਂ ਹੁੰਦਾ। ਯਾਰ ਕੀ ਦੱਸਾਂ ਤੈਨੂੰ, ਮੈਂ ਨਾ ਤੈਨੂੰ ਪਿਆਰ ਕਰਦਾ ਤਾਂ ਹੀ ਤੇਰੇ ਰਾਹ ਵਿੱਚ ਆ ਕੇ ਡੇਲੀ ਖੜਦਾ, ਕਦੇ ਨਾਂਗਾ ਨਹੀਂ ਪਾਇਆ ਦੇਖ ਲਾ। ਤੈਨੂੰ ਪਤਾ ਮੈਂ ਕਿਹਨਾਂ ਦੀ ਕੁੜੀ ਆ, ਮੇਰਾ ਵੀਰ ਹੈ ਨਾ ਬਹੁਤ ਗੁੱਸੇ ਵਾਲਾ, ਜੇ ਉਹਨੂੰ ਪਤਾ ਲੱਗ ਗਿਆ ਨਾ ਵੀ ਤੂੰ ਮੇਰੇ ਰਾਹ 'ਚ ਖੜਦਾ, ਤੈਨੂੰ ਫੜ ਕੇ ਕੁੱਟਣਗੇ। ਤੇਰੇ ਪਿਆਰ ਤਾਂ ਨਾ ਕਮਲੀਏ, ਮੈਂ ਜਾਣ ਵੀ ਦੇ ਸਕਦਾ, ਪਰ ਕੁੱਟ ਕਿੱਡੀ ਗੱਲ ਆ, ਨਾਲੇ ਤੇਰੇ ਭਰਾਵਾਂ ਦਾ ਮੈਨੂੰ ਡਰ ਨਹੀਂ ਮਾਰਿਆ। ਤੂੰ ਸੱਚੀ ਮੇਰੇ ਭਾਈਆਂ ਤੋਂ ਨਹੀਂ ਡਰਦਾ? ਜਮਾ ਨਹੀਂ ਡਰਦਾ। ਤੂੰ ਇੱਕ ਵਾਰੀ ਹਾਂ ਤਾਂ ਕਰ, ਫੇਰ ਦੇਖੀ, ਜੱਟ ਕਿਸੇ ਤੋਂ ਨਹੀਂ ਡਰਦਾ। ਤੂੰ ਸੱਚੀ ਮੈਨੂੰ ਇੰਨਾ ਪਿਆਰ ਕਰਦਾ ਰਵੀ? ਹਾਂ। ਚੱਲ ਚੰਗਾ ਫਿਰ, ਆਪਾਂ ਹੁਣ ਕੱਲ ਨੂੰ ਮਿਲਦੇ ਆ। ਮੈਨੂੰ ਹਾਂ ਜਾਂ ਨਾ ਦਾ ਜਵਾਬ ਦੇ ਕੇ ਜਾ। ਬਸ ਠੀਕ ਆ, ਹੁਣ ਤੂੰ ਸਮਝ ਤਾਂ ਜਾ, ਜਾਵਾਂ ਮੈਂ। ਫਿਰ ਮੈਂ ਹੁਣ ਹਾਂ ਸਮਝਿਆ। ਹਾਏ ਹਾਏ, ਸਰਾ ਲੱਗ ਗਿਆ, ਤਾਂ ਮੁੱਲ ਪੈ ਗਿਆ 2 ਮਹੀਨਿਆਂ ਦਾ। ਲੈ ਹਜੇ ਤੱਕ ਨਹੀਂ ਆਈਗੀ, ਪਤਾ ਨਹੀਂ ਕਦੋਂ ਆਊਗੀ। ਹੁਣ ਕਿਵੇਂ ਦੀਦੀ? ਵਧੀਆ ਠੀਕ ਠਾਕ, ਤੂੰ ਸੁਣਾ ਕੀ ਹਾਲ ਹੈ ਤੇਰਾ? ਵਧੀਆ। ਅੱਜ ਤਾਂ ਬੜੀ ਟੌਰ ਸੌਰ ਜੀ ਕੱਢੀ ਹੋਈ ਹੈ ਤੇਰੀ, ਕਿਤੇ ਰਵੀ ਨੇ ਪ੍ਰਪੋਜ਼ ਤਾਂ ਨਹੀਂ ਕਰਤਾ? ਮੈਂ ਤਾਂ ਨਾ ਤੁਹਾਨੂੰ ਦੱਸਣ ਹੀ ਲੱਗੀ ਸੀ, ਤੁਸੀਂ ਤਾਂ ਪਹਿਲੀ ਬੁੱਝ ਗਏ, ਚਲੋ ਆਜੋ ਨਾਲੇ ਛੇਤੀ ਛੇਤੀ ਚੱਲੀਏ। ਆਹੋ, ਮੈਨੂੰ ਤਾਂ ਪਤਾ ਹੀ ਸੀਗਾ ਵੀ ਹਾਂ ਤਾਂ ਤੈਨੂੰ ਕਰ ਹੀ ਦੇਣੀ ਹੈਗੀ, ਨਾਲੇ ਕਿਧਰੇ ਨਹੀਂ ਛੇਤੀ ਛੇਤੀ, ਰਵੀ ਕਰ ਲੂਗਾ ਵੇਟ, ਕਿਉਂ ਇੰਨੀ ਕਾਹਲ ਕਰਦੀ ਹੈਗੀ, ਇੱਥੇ ਖੜਾ ਹੁਣਾ ਨਲਕੇ ਜੇ ਕੋਲੇ ਮੋੜ ਤੇ। ਨਹੀਂ ਦੀਦੀ, ਅੱਜ ਉਹ ਇੱਥੇ ਨਹੀਂ, ਅੱਜ ਉਹ ਕਿਤੇ ਹੋਰ ਮਿਲੂਗਾ। ਕਿਉਂ, ਸਕੂਲ ਨਹੀਂ ਜਾਣਾ? ਸਕੂਲ ਤਾਂ ਨਹੀਂ, ਅੱਜ ਆਪਾਂ ਸਕੂਲ ਨਹੀਂ ਜਾਣਾ, ਅੱਜ ਨਾ ਰਵੀ ਕਿਤੇ ਵੇਟ ਕਰਦੇ, ਆਪਾਂ ਕੁਛ ਖਾ ਪੀ ਕੇ ਆਉਂਦੇ ਆ। ਤੇ ਸਕੂਲ? ਦੀਦੀ ਤੁਸੀਂ ਆਪੇ ਬਹਾਨਾ ਲਾ ਦਿਓ ਕੋਈ, ਆ ਜਾਓ। ਚਲੋ ਚੱਲ ਠੀਕ ਹੈ ਦੀਦੀ, ਬਾਏ ਬਾਏ ਬਾਏ, ਧਿਆਨ ਨਾਲ ਆ ਜੀ ਨਾਲੇ। ਠੀਕ ਹੈ ਦੀਦੀ, ਟਾਈਮ ਤੇ ਆ ਜਾਓ। ਕਿੰਨਾ ਟਾਈਮ ਹੋਇਆ ਹਜੇ ਤੱਕ ਨਹੀਂ ਆਈ, ਦੇਖ ਵੀ ਨਾ ਲਵੇ, ਉਹ ਆ ਗਈ ਵੇ।
ਚੱਲ ਯਾਰ ਠੀਕ ਹੈ। ਹਜੇ ਵੀ ਯਕੀਨ ਨੀ ਹੁੰਦਾ ਵੀ ਤੂੰ ਮੈਨੂੰ ਹਾਂ ਕਰਤੀ। ਇੰਨੇ ਦਿਨ ਤਾਂ ਹੋ ਗਏ ਸੀਗੇ ਤੈਨੂੰ ਮੇਰੇ ਪਿੱਛੇ ਫਿਰਦੇ ਨੂੰ, ਮੈਂ ਸੋਚਿਆ ਚੱਲ ਹਾਂ ਕਰ ਹੀ ਦਿੰਦੀ ਹਾਂ, ਨਾਲੇ ਮੈਂ ਵੀ ਤੈਨੂੰ ਪਿਆਰ ਕਰਦੀ ਸੀ। ਸੱਚੀ ਯਾਰ? ਚੱਲ ਹੁਣ ਆਪਾਂ ਵਿਆਹ ਵੀ ਕਰਵਾ ਹੀ ਲੈਣਾ ਫਿਰ ਹੁਣ। ਹਾਂ ਵਿਆਹ ਤਾਂ ਆਪਾਂ ਕਰਵਾ ਲਾਂਗੇ, ਪਰ ਮੇਰੇ ਘਰਦੇ ਨੇ ਨਾ ਮੰਨਣਾ ਨਹੀਂ ਹੈਗਾ ਤੇਰੇ ਨਾਲ ਵਿਆਹ ਕਰਾਉਣ ਨੂੰ, ਉਹ ਚੰਗੀ ਜ਼ਮੀਨ ਜਾਇਦਾਦ ਵਾਲਾ ਮੁੰਡਾ ਭਾਲ ਲੈਣਗੇ। ਜੇ ਨਾ ਮੰਨੇ ਨਾ ਮੈਂ ਤੈਨੂੰ ਕੱਢ ਕੇ ਲੈ ਜਾਊਂਗਾ, ਪਰ ਵਿਆਹ ਮੈਂ ਤੇਰੇ ਨਾਲ ਹੀ ਕਰਾਊਂਗਾ। ਸੱਚੀ ਤੂੰ ਇੰਨਾ ਪਿਆਰ ਕਰਦਾ ਮੈਨੂੰ? ਪਿਆਰ ਤਾਂ ਤੈਨੂੰ ਮੈਂ ਇੰਨਾ ਕਰਦਾ, ਤੇਰੇ ਪਿੱਛੇ ਤਾਂ ਮੈਂ ਆਪਣੀ ਜਾਨ ਵੀ ਦੇ ਦੂੰ। ਚੱਲ ਚੰਗਾ, ਐਵੇਂ ਨਹੀਂ ਬੋਲਿਆ ਕਰਦੇ, ਪਤਾ ਮੈਨੂੰ ਵੀ ਤੂੰ ਮੈਨੂੰ ਬਹੁਤ ਪਿਆਰ ਕਰਦਾ, ਐਵੇਂ ਕਰਦੇ ਹੁਣ ਆਪਾਂ ਚੱਲਦੇ ਹਾਂ, ਨਾਲੇ ਨਾ 1 ਵਜੇ ਛੁੱਟੀ ਹੋਣ ਵਾਲੀ ਆ। ਅੱਛਾ ਯਾਰ, ਫਿਰ ਮੈਨੂੰ ਤਾਂ ਪਤਾ ਹੀ ਨਹੀਂ ਲੱਗਿਆ ਕਿਵੇਂ ਟਾਈਮ ਜਾ ਲੰਘ ਗਿਆ ਹੈ ਨਾ। ਚੱਲੀਏ, ਮੈਨੂੰ ਪਿੰਡ ਛੱਡ ਦਿਓ। ਹੋਰ ਨਹੀਂ ਖਾਣਾ ਕੁਛ? ਕੁਛ ਨਹੀਂ ਖਾਣਾ। ਚੱਲ ਠੀਕ ਆ। ਹਜੇ ਤੱਕ ਨਹੀਂ ਆਈਗੀ, ਇੰਨਾ ਵੇਟ ਕਰਨਾ ਪੈ ਗਿਆ ਮੈਨੂੰ, ਉਹ ਆ ਗਈ ਲੱਗਦਾ। ਰੀਤ ਇੰਨਾ ਟਾਈਮ? ਨਹੀਂ ਨਹੀਂ ਅਸੀਂ ਚੱਲ ਜਾਂਦੇ। ਇੰਨਾ ਟਾਈਮ ਯਾਰ ਦੀਦੀ, ਬਸ ਉਹੀ ਬੈਠੇ ਗੱਲਾਂ ਜੀਆਂ ਕਰੀ ਗਏ, ਟਾਈਮ ਲੱਗ ਗਿਆ ਮਾੜੇ ਮਾੜੇ ਨਾਲ। ਕਿ ਮਾੜੇ ਮਾੜੇ ਨਾਲ, ਤੂੰ ਦੇਖਣਾ ਤਾਂ ਹੈਗਾ ਸੀ, ਛੁੱਟੀ ਮਿਲੀ ਨੂੰ 15 ਮਿੰਟ ਹੋ ਗਏ। ਚੱਲ ਫਿਰ ਹੁਣ ਤਾਂ ਚੱਲੀਏ, ਹੁਣ ਤਾਂ ਨਾ ਟਾਈਮ ਵੇਸਟ ਕਰੋ, ਚੱਲੀਏ। ਹੁਣ ਪੈਰਾਂ ਥੱਲੇ ਛੇਤੀ ਅੱਗ ਮਚਾਲੀ ਕਿ ਹੁਣ ਚੱਲੀਏ। ਚੱਲ ਆਇਆ ਦੀਦੀ, ਐਂ ਕਿਉਂ ਕਰਦੀ ਹੈ? ਚੱਲ ਤੁਸੀਂ ਕਿਵੇਂ ਤਿਆਰ ਜੇ ਹੋਈ ਜਾਂਦੇ ਹੋ? ਖੇਤ ਜਾ ਕੇ ਆਉਣਾ ਮੈਂ। ਰੋਟੀ ਤਾਂ ਤੁਸੀਂ ਖਾਈ ਨੀ, ਫਿਰ ਚਾਹ ਬਣਾਵਾਂ? ਤੂੰ ਨਾ ਗੁੜ ਕੇ ਦੁੱਧ ਦਾ ਜਾਂ ਚਾਹ ਨਾਲ ਪਾ ਲੈ, ਉੱਥੇ ਬਣਾ ਲੂ, ਮੈਨੂੰ ਛੇਤੀ ਜਾਣਾ ਮੈਂ। ਅੱਛਾ ਪਾ ਦਿੰਦੀ। ਕੀ ਕਹਿੰਦਾ ਨੀ ਤੇਰਾ ਰਾਂਝਾ? ਦੀਦੀ ਰਾਂਝੇ ਨੇ ਕੀ ਕਹਿਣਾ, ਉਹ ਤਾਂ ਕਹਿੰਦਾ ਨਾ ਵੀ ਮੈਂ ਤੈਨੂੰ ਬਹੁਤ ਪਿਆਰ ਕਰਦਾ, ਤੇਰੇ ਬਿਨਾਂ ਰਹਿ ਨਹੀਂ ਸਕਦਾ, ਤੇਰੇ ਨਾਲ ਹੀ ਵਿਆਹ ਕਰਵਾਉਣਾ। ਅੱਛਾ, ਸਾਰਾ ਦਿਨ ਮੋੜਾ ਤੇ ਖੜਾ ਰਹਿੰਦਾ ਵਿਹਲਾ? ਦੀਦੀ ਵਿਹਲਾ ਵਿਹਲਾ ਕੋਈ ਨਹੀਂ ਹੈਗਾ। ਰਵੀ ਦਾ ਫੋਨ ਹੈ। ਹੈਲੋ, ਹਾਂਜੀ, ਬਸ ਘਰ ਕੋਲ ਪਹੁੰਚ ਗਈ, ਘਰੇ ਪਹੁੰਚਣ ਵਾਲੀ ਹੋਈ ਆ। ਠੀਕ ਹੈ, ਹੁਣ ਲੈ ਦੇਖ ਲਾ, ਹਜੇ ਘਰੇ ਪਹੁੰਚੀ ਨਹੀਂ, ਪਹਿਲਾਂ ਹੀ ਫੋਨ ਲਾ ਲਿਆ। ਜਦੋਂ ਮੈਂ ਗੱਲ ਨਹੀਂ ਕਰਦੀ ਸੀ ਉਦੋਂ ਕਹਿੰਦੇ ਸੀ ਹਾਂ ਕਰਦੇ, ਹੁਣ ਜੇ ਹਾਂ ਕਰਤੀ ਹੁਣ ਤੁਸੀਂ ਜਲੀ ਜਾਂਦੇ ਹੋ। ਹੈ? ਨਹੀਂ ਨਹੀਂ, ਮੈਨੂੰ ਕਾਹਦੀ ਜਲਣਾ, ਚੱਲ ਵਧੀਆ, ਕਿਸੇ ਦਾ ਪਿਆਰ ਤਾਂ ਪਿਆ। ਹਾਂ ਦੀਦੀ, ਇਹ ਤਾਂ ਹੈਗਾ, ਪਿਆਰ ਤਾਂ ਰਵੀ ਮੈਨੂੰ ਸੱਚੀ ਬਹੁਤ ਕਰਦਾ। ਲੈ ਕਰੂਗਾ ਕਿਉਂ ਨਹੀਂ। ਦੀਦੀ ਇੱਕ ਗੱਲ ਕਹਾਂ? ਹਾਂ ਹਾਂ ਕਹਿ ਨਾ। ਤੁਹਾਡੇ ਤੇ ਬਹੁਤ ਯਕੀਨ ਆ। ਦੇਖੋ ਮੈਂ ਸਾਰੀ ਗੱਲ ਤੁਹਾਨੂੰ ਦੱਸੀ ਆ, ਤੁਸੀਂ ਕਿਸੇ ਹੋਰ ਨਾਲ ਗੱਲ ਨਾ ਕਰਿਓ, ਜੇ ਕਿਸੇ ਤੀਜੇ ਬੰਦੇ ਨੂੰ ਪਤਾ ਲੱਗੀ ਗੱਲ ਤਾਂ ਸਮਝ ਲਓ ਤੁਹਾਡੇ ਕੋਲ ਹੀ ਜਾਊਗੀ। ਮੈਨੂੰ ਮੇਰੇ ਭਰਾ ਤੋਂ ਬਹੁਤ ਡਰ ਲੱਗਦਾ। ਓਹੋ, ਇਹ ਕੀ ਗੱਲ ਆ ਰੀਤ, ਕਹਿਣ ਵਾਲੀ ਨਾ, ਤੂੰ ਮੇਰੇ ਤੇ ਫੁੱਲ ਵਿਸ਼ਵਾਸ ਕਰਦੇ ਨਾ ਪੂਰਾ, ਤੇ ਵਿਸ਼ਵਾਸ ਹੀ ਰੱਖੀ, ਮੇਰੇ ਕੋਲ ਗੱਲ ਕਿਤੇ ਵੀ ਸ਼ੇਅਰ ਨਹੀਂ ਹੋਊਗੀ, ਕਿਸੇ ਅੱਗੇ ਵੀ ਨਹੀਂ ਹੋਊਗੀ। ਠੀਕ ਹੈ ਦੀਦੀ, ਮੈਨੂੰ ਸੱਚੀ ਬਹੁਤ ਡਰ ਲੱਗਦਾ, ਮੈਨੂੰ ਤਾਂ ਨਾ ਜਿਉਂਦੇ ਨੂੰ ਰੱਪ ਦੇਣਗੇ ਮੇਰੇ ਘਰ ਤੇ। ਓਹੋ, ਤੂੰ ਡਰ ਨਾ, ਮੈਂ ਕਿਸੇ ਅੱਗੇ ਗੱਲ ਨਹੀਂ ਕਰਦੀ ਹੈਗੀ। ਚਲੋ ਠੀਕ ਹੈ, ਬਾਏ ਬਾਏ। ਪੰਦਰਾਂ ਮਿੰਟ ਲੇਟ ਆਈ ਤੂੰ ਅੱਜ?
ਹਾਂ ਬੇਬੇ, ਫਿਰ ਹੁਣ ਮੈਂ ਕਿਤੇ ਆਉਂਦੀ? ਚੱਲ ਚੰਗਾ, ਤੂੰ ਐਂ ਕਰ, ਰੋਟੀ ਬਣੀ ਪਈ ਹੈ, ਜੇ ਚਾਹ ਪੀਣੀ ਚਾਹ ਬਣਾ ਲਈ, ਤੇ ਉਦੋਂ ਬਾਅਦ ਕੱਪੜੇ ਬਦਲ ਕੇ ਗੋਹਾ ਚਿੱਟਣੀ ਉਵੇਂ ਪੈ ਭਰੇ ਬੱਠਾ, ਠੀਕ ਹੈ? ਤੇ ਮੈਂ ਤੇਰੀ ਚਾਚੀ ਕੇ ਕੰਮ ਜਾ ਕੇ ਆਉਣਾ। ਠੀਕ ਹੈ ਬੇਬੇ। ਹਾਂ ਕਰ ਲਈ ਮੇਰੇ ਆਉਂਦੀ ਨੂੰ, ਕਿਤੇ ਉਵੇਂ ਪਿਆ ਹੋਵੇ। ਕੋਈ ਨਾ, ਮੈਂ ਜਿਹੜੇ ਭਾਂਡੇ ਰਹਿੰਦੇ ਨੇ ਇਹ ਵੀ ਮਾਰ। ਹਾਂ ਇਹ ਵੀ ਕਰਦੀ ਆ ਉਹ। ਠੀਕ ਹੈ, ਐਵੇਂ ਕਰਦੀ ਆ, ਗੋਹਾ ਤਾਂ ਬੇਬੇ ਦੇ ਆਏ ਤੇ ਹੀ ਸਿੱਟ ਲੂੰਗੀ। ਹੁਣ ਬੇਬੇ ਹੈ ਨੀ, ਹੁਣ ਵਧੀਆ ਮੌਕਾ ਪਹਿਲਾਂ ਰੰਗ ਨੂੰ ਪਾਉਣ ਲੱਗ। ਹੈਲੋ। ਹਾਂਜੀ ਬੋਲੋ ਮੈਡਮ, ਮਿਲ ਗਿਆ ਟਾਈਮ ਫਿਰ ਗੱਲ ਕਰਨ ਦਾ? ਹਾਂਜੀ ਹਾਂਜੀ ਮਿਲ ਗਿਆ। ਮੈਂ ਸੋਚਿਆ ਮਾੜਾ ਜਿਹਾ ਹਾਲ ਹੀ ਪੁੱਛ ਲਾ ਰਾਂਝੇ ਦਾ, ਕੀ ਹਾਲ ਹੈ? ਤੇਰੇ ਬਿਨਾ ਕੀ ਹਾਲ ਹੋਣਾ ਹੀਰੀਏ ਮੇਰਾ। ਕਿਉਂ, ਮੇਰੇ ਬਿਨਾ ਕਿਉਂ ਨਹੀਂ ਹਾਲ ਹੈਗਾ? ਪਹਿਲਾਂ ਵੀ ਮੇਰੇ ਬਿਨਾ ਹੀ ਸੀ। ਮੇਰਾ ਤਾਂ ਨਾ ਚੱਤਕਾ ਉਮਮ ਜਾ ਕਰੀ ਜਾਂਦਾ, ਮੈਂ ਤਾਂ ਹੀ ਲੱਗਿਆ ਰਹਿੰਦਾ ਬਸ ਤੇਰੇ ਕੋਲ ਹੀ ਬੈਠਾ ਰਹਾਂ ਸਾਰਾ ਦਿਨ। ਅੱਛਾ, ਫੇ ਬੈਠਾ ਰਹੇ ਮੇਰੇ ਕੋਲ? ਮੈਂ ਤਾਂ ਆ ਜਾਊਂਗਾ, ਫਿਰ ਤੂੰ ਬਹਾਉਣਾ ਨਹੀਂ, ਫਿਰ ਕਹੇਂਗੀ ਮੇਰੇ ਭਰਾ ਆਏ ਆ ਜਾਓ ਆ, ਫਿਰ ਛੇਤੀ ਉਹਨਾਂ ਨੂੰ ਡਰਨ ਲੱਗ ਜਾਂਦੀ ਆ। ਇਹ ਤਾਂ ਗੱਲ ਹੈਗੀ ਆ ਰਵੀ, ਡਰਨਾ ਤਾਂ ਪੈਂਦਾ, ਤੈਨੂੰ ਪਤਾ ਵੀ ਇੱਕ ਪਿੰਡ ਦੇ ਆ, ਰੋਜ਼ ਰੋਜ਼ ਦੱਸਣਾ ਹੁਣ ਤੈਨੂੰ ਚੰਗਾ ਵੀ ਨਹੀਂ ਲੱਗਦਾ, ਜੇ ਤੂੰ ਘਰੇ ਵੀ ਆਏਗਾ ਫਿਰ ਵੀ ਔਖਾ, ਸਾਰੇ ਤਾਂ ਤੈਨੂੰ ਜਾਣਦੇ ਨੇ। ਫਿਰ ਯਾਰ ਕਰਨਾ ਤਾਂ ਕੋਈ ਹੱਲ, ਹੁਣ ਕਿੰਨਾ ਕੁ ਟਾਈਮ ਹੋਇਆ ਲੋਕ ਲੋਕ ਕੇ ਮਿਲੀ ਜਾਵਾਂਗੇ। ਮੈਂ ਕੀ ਹੱਲ ਕਰਾਂ? ਹੱਲ ਤਾਂ ਤੈਨੂੰ ਹੀ ਕਰਨਾ ਪੈਣਾ ਹੁਣ। ਮੈਂ ਤਾਂ ਜਾਂ ਫਿਰ ਮੈਨੂੰ ਇੱਕ ਗੱਲ ਕਹਿ ਦੇ ਵੀ ਹਾਂ ਕੇਰਾਂ ਲੈ ਜਾ, ਮੈਂ ਆਪੀ ਲੈ ਜਾਊਂ, ਬਾਕੀ ਮੇਰੇ ਤੇ ਛੱਡ ਦੀ। ਫਿਰ ਯਾਰ ਮੇਰਾ ਵੀ ਤੇਰੇ ਬਿਨਾਂ ਨਾ ਇੱਕ ਮਿੰਟ ਜੀ ਨਹੀਂ ਲੱਗਦਾ, ਪਰ ਕੀ ਕਰਾਂ, ਮੈਂ ਵੀ ਮਜਬੂਰ ਆ। ਅੱਛਾ ਯਾਰ, ਤੂੰ ਵੀ ਮੈਨੂੰ ਯਾਦ ਕਰਦੀ ਆ? ਹਾਂ ਹਾਂ ਬਹੁਤ ਯਾਦ ਕਰਦੀ। ਚੱਲ ਠੀਕ ਆ ਰਵੀ, ਮੈਨੂੰ ਐਵੇਂ ਲੱਗਦਾ ਵੀ ਕੋਈ ਆ ਗਿਆ। ਚੱਲ ਠੀਕ ਆ, ਚੰਗਾ, ਨੰਬਰ ਡਿਲੀਟ ਕਰ ਦੇ। ਚੰਗਾ ਚੰਗਾ। ਪਾਵਾਂ ਨੇ ਕਿੱਥੇ ਐ ਬੋਲਦੇ ਜੀ, ਕੋਈ ਕਿੱਧਰ ਗਈ ਐ, ਸਮਝ ਨਹੀਂ ਆਉਂਦੀ। ਰੀਤ। ਹਾਂ ਬਾਪੂ। ਤੇ ਮੈਂ ਕੋਈ ਜੀਨੇ ਤੇਰੀ ਬੀਬੀ ਨਹੀਂ ਦੀ? ਉਹ ਮੰਮੀ ਆਪਣੇ ਗਵਾਂਢੀਆਂ ਦੇ ਗਈ ਆ ਮੜਿਆ ਕੰਮ। ਕਿਉਂ? ਕੰਮ ਗਈ ਹੋਣੀ। ਅੱਛਾ ਅੱਛਾ। ਚਾਹ ਕਰਾਂ? ਆਹੋ ਚਾਹ ਦੀ ਪੁੱਟੀ ਵਾਸਤੇ ਕਹਿੰਦਾ ਸੀਗਾ। ਕਰ ਦਿੰਦੀ ਆ। ਤੈਨੂੰ ਦੱਸ ਕੇ ਨਹੀਂ ਗਈ ਕੀ ਕੰਮ ਗਈ ਐ? ਉਹ ਬਾਪੂ ਉਹਨੂੰ ਨਾ ਦੋ ਤਿੰਨ ਘਰਾਂ ਚ ਕੰਮ ਨੇ, ਕਾਫੀ ਟਾਈਮ ਹੋ ਗਿਆ, ਬਸ ਆਉਣ ਵਾਲੀ ਹੋਈ ਹੁਣ ਤਾਂ ਬੇਬੇ। ਚਲ ਠੀਕ ਐ, ਦੱਸ ਕੇ ਤਾਂ ਜਾਣਾ ਚਾਹੀਦਾ ਮਾੜਾ ਮੋਟਾ। ਮੈਂ ਦੱਸ ਕੇ ਗਈ ਵੀ ਮੈਂ ਪਿੰਡ ਚ ਜਾ ਕੇ ਆਉਣਾ ਕਿਸੇ ਦੇ। ਚੰਗਾ ਚਾਹ ਦੀ ਕੁੱਟ ਬਣਾ। ਠੀਕ ਆ। ਵੀ ਖੇਤੋਂ ਆਉਣਾ ਬੰਦੇ ਨੇ, ਕੋਈ ਚੀਜ਼ ਤਿਆਰ ਵੀ ਰੱਖੋ। ਚਾਹ ਲਿਆ ਪੁੱਤ। ਲੈ ਬਾਪੂ। ਮੈਂ ਨਾ ਮੜੇ ਬਾਪੂ ਪੋਚੇ ਲਾਦਾ, ਬੇਬੇ ਤਾਂ ਲੱਗਦੇ ਨੇ। ਚਲ ਕੋਈ ਨਹੀਂ, ਕੱਲ ਲਾ ਲਾ ਪੋਚੇ। ਕਿਹੜੀ ਵਕਤਾਂ ਦੀ ਗਈ, ਉਹ ਵੀ ਨਹੀਂ ਆਈ ਹਲੇ। ਚਾਹ ਵੀ ਕੁੜੀ ਠੰਡੀ ਫੜਾ ਦੀ, ਉਹ ਵੀ ਪਤਾ ਨਹੀਂ ਕਿੱਧਰ ਗਈ ਹੋਈ ਹੈ। ਆ ਗਈ ਤੂੰ? ਹਾਂ ਆ ਗਈ। ਘਰੇ ਵੀ ਟੇਕ ਕੇ ਬਹਿ ਜਾ ਕਰ, ਸਾਰਾ ਦਿਨ ਕੌਲੇ ਤੱਸਦੀ ਫਿਰਦੀ ਰਹਿੰਦੀ ਹੈ, ਘਰੇ ਜਵਾਨ ਦੀ ਹੈ, ਮਾੜਾ ਮੋਟਾ ਖਿਆਲ ਰੱਖਿਆ ਕਰ। ਉਹ ਮੈਨੂੰ ਕਿਹੜਾ ਖਿਆਲ ਨਹੀਂ, ਮੈਂ ਉਹਦੇ ਹੀ ਕੰਮ ਗਈ ਸੀ, ਆਪਣੀ ਜਿਹੜੀ ਬੰਤੀ ਨੇ ਹੈਗੀ ਗਵਾਂਢਣ, ਉਹ ਰਿਸ਼ਤੇ ਕਰਾਉਂਦੀ ਹੈ ਦੇਖ, ਉਹਨੇ ਦੱਸ ਪਾਈ ਸੀ ਮੁੰਡੇ ਦੀ, ਤੇ ਉਹ ਮੈਂ ਗਈ ਸੀ ਵੀ ਦੱਸ ਪਾਈ। ਹੁਣ ਫਿਰ ਕੀ ਦੱਸਿਆ ਤੈਨੂੰ? ਉਹ ਕਹਿੰਦੀ ਦੇਖ ਭਾਈ ਉਹ ਤਾਂ ਰੁਕ ਗਿਆ, ਵੀ ਤੁਸੀਂ ਪਹਿਲਾਂ ਕੋਈ ਗੱਲਬਾਤ ਕਰੀ ਨੀ ਮੇਰੇ ਨਾਲ। ਚਲ ਉਹ ਤਾਂ ਰੁਕ ਗਿਆ, ਇੰਨਾ ਕਹਿੰਦੀ ਚਲ ਕੋਈ ਹੋਰ ਭਾਈ ਚੰਗਾ ਰਿਸ਼ਤਾ ਲੱਭ ਲੈ। ਹਾਂ ਮੈਂ ਕਹਿਤਾ, ਮੈਂ ਫਿਰ ਕੋਈ ਹੋਰ ਭਾਲ ਭਾਈ ਚੱਜ ਦਾ ਰਿਸ਼ਤਾ ਚੰਗਾ ਹੋਵੇ, ਜਿਹੀ ਅਸੀਂ ਹੈਗੇ ਉਹ ਜਿਹਾ ਦਿਖਾ ਕੋਈ, ਠੀਕ ਆ? ਕੁੜੀ ਦਾ ਤੈਨੂੰ ਪਤਾ ਹੀ ਬੜੀ ਜਾਂਦੀ ਹੈ ਜੀ। ਸਰ ਭਗਵਾਨ ਨੇ ਆਪਾਂ ਨੂੰ ਕਿਹੜਾ ਕੋਈ ਬਾਹਲੀ ਕਾਹਲੀ ਹੈ, ਉਹਨੂੰ ਕਹੇ ਵੀ ਆਰਾਮ ਨਾਲ ਵਧੀਆ ਰਿਸ਼ਤਾ ਸਾਡੇ ਵਾਸਤੇ ਲੱਭ, ਕੁੜੀ ਵਾਸਤੇ।
ਹੈ। ਅਰੇ ਇਹ ਗੱਲ ਕਹੀ, ਉਹਨੂੰ ਵੀ ਪਤਾ ਹੀ ਆ ਆਪਣੀ ਕੁੜੀ ਬਹੁਤ ਸਿਆਣੀ ਹੈ, ਉਹੋ ਜਿਹੀ ਰਿਸ਼ਤਾ ਲੱਭੇ ਹੈ। ਠੀਕ ਆ, ਚੱਲ ਮੈਂ ਫਿਰ ਹੁਣ ਵਾਲਾ ਜਾਇਆ ਵਾ। ਤੁਸੀਂ? ਮੈਂ ਕੱਪੜੇ ਫੜ ਕੇ ਲਿਆਉਣਾ। ਚੱਲ ਠੀਕ ਹੈ, ਫੜ ਲਿਓ, ਟਾਈਮ ਨਾਲ ਆ ਜਾਓ। ਕੋਈ ਨੀ ਕੋਈ ਨੀ, ਫਿਰ ਕਹਿ ਦੇਣਾ ਰੋਟੀ ਠੰਡੀ ਹੋ ਗਈ, ਦਾਲ ਰੋਟੀ ਦਾ ਕਰਦੇ ਹਾਂ ਅਸੀਂ, ਫਿਰ ਬੋਲਣ ਲੱਗ ਜਾਂਦਾ, ਫਿਰ ਮੈਥੋਂ ਕੁਛ ਕਿਹਾ ਜਾਂਦਾ ਵੀ ਟਾਈਮ ਨਾ ਆਉਂਦਾ ਤਾਂ ਗਰਮ ਖਾ ਲੈਂਦਾ, ਸਾਨੂੰ ਵੀ ਪਤਾ ਵੀ ਨਹੀਂ ਖਾਧੀ ਇਹਦੇ ਤੋਂ ਠੰਡੀ ਰੋਟੀ। ਹੈਲੋ, ਬੋਲ ਪੋ, ਘਰੇ ਤਾਂ ਕੋਈ ਵੀ ਨਹੀਂ ਹੈਗਾ। ਨਾਲੇ ਨਾ ਮੇਰੀ ਗੱਲ ਸੁਣ, ਤੂੰ ਨਾ ਐਵੇਂ ਮੈਨੂੰ ਫੋਨ ਨਾ ਲਾਇਆ ਕਰ, ਮੈਂ ਟਾਈਮ 'ਚੋਂ ਟਾਈਮ ਕੱਢ ਕੇ ਆਪ ਹੀ ਤੈਨੂੰ ਫੋਨ ਲਾਇਆ ਕਰ। ਨਾਲੇ ਮੈਂ ਹੋਮਵਰਕ ਕਰਨਾ। ਚੱਲ ਚੰਗਾ, ਬਾਏ, ਬਾਅਦ 'ਚ ਗੱਲ ਕਰੂੰਗੀ। ਠੀਕ ਹੈ। ਪਤਾ ਨੀ ਕੀ ਕੁਛ ਕਰੀ ਜਾਂਦੇ ਨੇ ਜਵਾਬ ਜੇ, ਚੋਰੀਆਂ ਚੋਰੀਆਂ। ਅਰਥ ਕਰਦਾ ਗੱਲ ਮਾਜੀ ਨਾਲ, ਮੈਂ ਤਾਂ ਕਦੇ ਇੰਨਾ ਸੋਚਿਆ ਵੀ ਨਹੀਂ ਸੀ ਵੀ ਮੇਰੀ ਧੀ ਮੇਰੇ ਨਾਲ ਇੰਨਾ ਧੋਖਾ ਕਰੂਗੀ। ਇੰਨਾ ਯਕੀਨ ਕਰਦਾ ਸੀ, ਇੰਨੀ ਸਿਆਣੀ ਕਹਿੰਦਾ ਸੀ, ਮੈਂ ਸਿਆਣੀ ਵੀ ਸੀ, ਕੀ ਹੋ ਗਿਆ? ਬਹੁਤ ਜ਼ਿਆਦਾ ਮਾੜਾ ਕੰਮ ਕਰਿਆ, ਮੇਰੀ ਤਾਂ ਇੱਜ਼ਤ ਮਿੱਟੀ 'ਚ ਮਿਲ ਜੂਗੀ ਹੈ। ਚੱਲ ਆਉਣਦੇ ਮੇਰੇ ਪੁੱਤ ਨੂੰ, ਚੰਨੀ ਨੂੰ ਮੈਂ ਉਹਦੇ ਨਾਲ ਕਰਦਾ ਗੱਲ। ਬਾਪੂ ਕੀ ਹੋਇਆ, ਇਕੱਲਾ ਹੀ ਬੋਲੀ ਜਾਂਦਾ? ਪੁੱਤ ਇਕੱਲਾ ਕੀ ਬੋਲੀ ਜਾਂਦਾ, ਤੇਰੇ ਨਾਲ ਮੈਂ ਗੱਲ ਕਰਨੀ ਸੀ। ਗੱਲ ਕਰਨੀ ਕਰ ਲਾ ਫਿਰ। ਨਹੀਂ ਪੁੱਤ, ਇੱਥੇ ਬੈਠ ਕੇ ਨਹੀਂ ਕਰਦੇ, ਆਪਾਂ ਉੱਥੇ ਜਾਂਦੇ ਹਾਂ। ਉੱਥੇ ਜਾਂਦੇ ਵੀ ਐਜ ਕੀ ਗੱਲ ਆ? ਉਹ ਪੁੱਤ ਕਈ ਇਹੋ ਜਿਹੀਆਂ ਗੱਲਾਂ ਹੋਈਆਂ ਨੇ ਪਰਦੇ ਨਾਲ ਕਰਨ ਵਾਲੀਆਂ ਹੁੰਦੀਆਂ ਨੇ, ਹੈ। ਚੱਲ ਉੱਤੇ ਚੱਲ ਤੂੰ ਮੇਰੇ ਨਾਲ, ਚੱਲ ਆਇਆ ਫਿਰ। ਚੱਲ ਇਹੋ ਜਿਹੀ ਗੱਲ ਨੂੰ ਬਾਪੂ ਅੱਜ ਕਰਨਾ ਤਾਂ ਪੁੱਛਣਾ ਪੁੱਤ। ਬਾਪੂ ਐ ਜੀ ਕੀ ਗੱਲ ਸੀ ਜਿਹੜਾ ਤੂੰ ਚੁਬਾਰੇ ਤੇ ਲੈ ਕੇ ਆਇਆ ਮੈਨੂੰ? ਪੁੱਤ ਮੈਂ ਗੱਲ ਦੱਸਦਾ ਤੈਨੂੰ ਸਾਰੀ, ਕਿ ਤੈਨੂੰ ਕਿਉਂ ਲਿਆ। ਪਹਿਲੀ ਗੱਲ ਤਾਂ ਇਹ ਗੱਲ ਕਿਸੇ ਨੂੰ ਨਹੀਂ ਦੱਸਣੀ। ਕਿਸੇ ਨੂੰ ਨਹੀਂ ਦੱਸਣੀ? ਹਾਂ, ਇਹ ਗੱਲ ਹੀ ਇਹੋ ਜਿਹੀ ਹੈ। ਚੱਲ ਨਹੀਂ ਦੱਸਦਾ ਬਾਪੂ, ਦੱਸ ਸੀ। ਮੈਂ ਪੁੱਤ ਜਦੋਂ ਬਾਹਰ ਗਿਆ ਸੀ ਨਾ, ਹਾਂ, ਇਹਨਾਂ ਨੂੰ ਤਾਂ ਐਂ ਸੀ ਤੇ ਜਦੋਂ ਮੈਂ ਅੰਦਰ ਆਉਣ ਲੱਗਿਆ, ਰੀਤ ਨੂੰ ਤਾਂ ਪਤਾ ਨਹੀਂ ਸੀ, ਉਹ ਕਿਸੇ ਮੁੰਡੇ ਨਾਲ ਗੱਲਾਂ ਕਰੀ ਜਾਂਦੀ ਸੀ। ਮੁੰਡੇ ਨਾਲ ਗੱਲਾਂ ਕਰੀ ਜਾਂਦੇ? ਇਹੀ ਤਾਂ ਮੈਨੂੰ ਪਤਾ ਲੱਗਿਆ ਕਿ ਜਦੋਂ ਮੈਂ ਜੇ ਹੋਇਆ ਮੈਂ ਉੱਥੇ ਹੀ ਰੁਕ ਗਿਆ, ਤੇ ਉਹ ਗੱਲਾਂ ਕਰਕੇ ਵੀ ਮਿਲਣ ਮਿਲਾਉਣ ਦੀਆਂ ਗੱਲਾਂ, ਫਿਰ ਮੈਨੂੰ ਪਤਾ ਲੱਗ ਗਿਆ ਜਦੋਂ ਮੁੰਡੇ ਦਾ ਵੀ ਇਹ ਤਾਂ ਕੁੜੀ ਨਾਲ ਨਹੀਂ ਕਿਸੇ ਮੁੰਡੇ ਨਾਲ ਗੱਲਾਂ ਕਰੀ ਜਾਂਦੀ ਹੈ। ਮੁੰਡਾ ਉਹਦੀ ਇੰਨੀ ਮਜ਼ਾਲ? ਕੋਈ ਗੱਲ ਨਹੀਂ ਬਾਪੂ, ਕਰਦਾ ਮੈਂ ਹਿਦਾਲ, ਘੁੱਟਦਾ ਨਾ ਗੱਲ ਮੈਂ। ਪੁੱਤ ਤੂੰ ਇੰਨਾ ਨਾ ਜਲਦਬਾਜ਼ੀ ਕਰ, ਇੰਨਾ ਨਾ ਘਬਰਾ, ਆਪਾਂ ਨਾ ਉਸ ਮੁੰਡੇ ਦਾ ਪਤਾ ਕਰਕੇ ਉਹਨੂੰ ਮੁੰਡੇ ਨੂੰ ਪੁੱਛੀਏ। ਐਕਸ਼ਨ! ਉਸ ਤੋਂ ਪਹਿਲਾਂ ਆਪਾਂ ਮੁੰਡੇ ਨੂੰ ਮਿਲ ਕੇ ਨਾ ਉਹਨੂੰ ਪਿਆਰ ਨਾਲ ਸਮਝਾਵਾਂਗੇ, ਆਪਣਾ ਇਹੀ ਫਰਜ਼ ਬਣਦਾ ਹੈ। ਤਾਂ ਮੁੰਡਾ ਕਿੱਥੋਂ ਦਾ ਕਿਵੇਂ? ਐਕਸ਼ਨ! ਉਹ ਬਾਪੂ, ਉਹ ਤੇਰੀ ਗੱਲ ਠੀਕ ਹੈ, ਸਮਝਾ ਕੇ ਆਵੇਂਗਾ, ਪਰ ਆਪਾਂ ਨੂੰ ਕੀ ਪਤਾ ਲੱਗੂ ਕਿਹੜਾ ਮੁੰਡਾ ਕਿੱਥੋਂ ਦਾ ਕਿੱਥੇ ਮਿਲੂਗਾ? ਐਂ ਕਰਦੇ ਹਾਂ ਬਾਪੂ, ਰੀਤ ਦੇ ਮਾਰਦਾ ਦੋ ਲੱਪੜੇ, ਪੁੱਛੂ ਉਹਦੀ, ਦੱਸੂ ਸਾਰਾ ਕੁਛ, ਉਹ ਦੋ ਮਾਰੇ ਲੱਪੜੇ ਟਿਕਾ ਕੇ ਉਹਦੀ ਦੱਸੂਗਾ, ਪੁੱਛੂਗਾ ਵੀ ਕਿੱਥੇ ਮਿਲੂ ਤੇਰਾ ਆਸ਼ਕ। ਪੁੱਤ ਇਹ ਕੰਮ ਮਾਰ ਕੁੱਟਣ ਦਾ ਨਹੀਂ ਹੈਗਾ, ਜਦੋਂ ਆਪਾਂ ਮਾਰਿਆ ਕੁੱਟਿਆ ਤੇ ਉਹ ਉਹਨੂੰ ਫੋਨ ਕਰ ਦੂ, ਮੁੰਡਾ ਚੌਕਸ ਹੋ ਜੂ, ਉਹਨੂੰ ਆਪਾਂ ਪੁੱਤ ਜੇ ਪੁੱਛਣਾ ਤਾਂ ਪਿਆਰ ਨਾਲ ਪੁੱਛੀਏ, ਫਿਰ ਤਾਂ ਸੁਲਝ ਜੂ, ਤਾਂ ਨਹੀਂ ਮਾਰ ਕੁੱਟਣ ਨਾਲ ਨਹੀਂ ਸੁਲਝਦੀ ਹੈ। ਬਾਪੂ ਫਿਰ ਐਂ ਕਰ ਤੂੰ, ਫਿਰ ਮੈਥੋਂ ਤਾਂ ਗੁੱਸਾ ਭੈੜਾ, ਤੂੰ ਐਂ ਕਰ ਸਰਪੰਚ ਕੋਲੇ ਜਾ। ਇਹੀ ਗੱਲ ਪੁੱਤ ਮੈਂ ਕਹਿੰਦਾ ਸੀ ਵੀ ਸਰਪੰਚ ਨੂੰ ਜਾ ਕੇ ਫਿਰ
ਉਹ ਵੀ ਪੁੱਛੂਗਾ ਮੁੰਡੇ ਬਾਰੇ, ਫਿਰ ਮੈਂ ਕੀ ਦੱਸੂਗਾ। ਤੂੰ ਆਪੇ ਤੁਸੀਂ ਬਈ ਇੱਥੇ ਸਕੂਲ ਜਾਂਦਾ, ਸਕੂਲ ਮਿਲਦਾ, ਉਹ ਸਕੂਲ ਤੇ ਜਾਂਦੀ ਕਿੱਥੋਂ ਮਿਲੂਗੀ? ਇਹ ਵੀ ਤੇਰੀ ਗੱਲ ਠੀਕ ਹੈ, ਪਰ ਹੋਰ ਮਿਲਦਾ ਤਾਂ ਕਿੱਥੇ ਹੋਊਗਾ? ਸਕੂਲ ਤੋਂ ਪਿੱਛਾ ਕਰਦੇ ਆ, ਪਿੱਛਾ ਕਰਿਓ ਉਹਦਾ। ਪੰਚ ਨੂੰ ਪਹਿਲਾਂ ਵੀ ਇਹ ਗੱਲਾਂ ਤਾਂ ਹੋਈਆਂ ਸੀ ਵੀ ਮੁੰਡੇ ਖੜਦੇ ਨੇ ਉੱਥੇ, ਇਸ ਗੱਲ ਨਾਲ ਪਤਾ ਲੱਗ ਜੂ, ਫਿਰ ਮੈਂ ਚੱਲ ਜਾਵਾਂ ਸਰਪੰਚ ਕੋਲੇ। ਹਾਂ ਤੂੰ ਸਰਪੰਚ ਕੋਲੇ ਜਾ, ਤੂੰ ਕੋਈ ਨਾ ਗਲਤ ਕੰਮ ਨਾ ਕਰੀ, ਕੁੜੀ ਨੂੰ ਹਲੇ ਕੁਛ ਨਾ ਕਹੀ, ਮੈਂ ਜਾਣਾ ਉਹਦੇ ਕੋਲੇ। ਮੈਂ ਨੀ ਕੁਛ ਕਹਿਣਾ, ਤਾਂ ਮੈਂ ਕਹਿਣਾ ਜੇ ਮੈਨੂੰ ਪਤਾ ਲੱਗਾ ਮੈਂ ਕੁੱਟ ਮਾਰ ਦੂੰਗਾ ਉੱਥੇ, ਹੋਰ ਗੁੱਸੇ ਮੇਰੇ ਯਾਰ ਦੋਸਤ ਬਾਲੇ ਗੰਦੇ ਆ। ਆਪਾਂ ਦੋਨਾਂ ਨੇ ਕਿਉਂ ਪਿਓ ਪੁੱਤਾਂ ਨੇ ਗੱਲ ਕਰੀ ਹੈ ਵੀ ਆਪਣੀ ਜਿਹੜੀ ਕੋਈ ਇਹੋ ਜਿਹੀ ਗੱਲਬਾਤ ਨਾ ਘਰੇ ਰਹੇ, ਇਹ ਆਪਣੀ ਬਦਨਾਮੀ ਬਾਹਰ ਨਾ ਹੋ ਜੇ, ਸਰਪੰਚ ਨਾਲ ਕਹਿਣ ਨਾਲ ਨਾ ਗੱਲ ਆਪਣੀ ਬਾਤ ਰਹੂਗੀ, ਇੱਜ਼ਤ ਬਾਤ ਰਹੂ। ਚੱਲ ਠੀਕ, ਤੂੰ ਸਰਪੰਚ ਕੋਲੇ ਜਾ। ਹਾਂ ਮੈਂ ਜਾਣਾ ਪੁੱਤ, ਤੇ ਹੁਣ ਘਰੇ ਕਹੀ ਨਾ ਕੁਛ ਤੂੰ। ਨਹੀਂ ਕਹਿਣਾ ਮੈਂ। ਕੁੜੀ ਜੀ ਦਿਮਾਗ ਖਿਲ ਗਿਆ, ਅਸੀਂ ਇਹ ਜਿਹੀ ਇੱਜ਼ਤ ਕਰਦੇ ਸੀ, ਸਾਡੇ ਸਿਰ 'ਚ ਖੇਹ ਪਾਈ ਜਾਂਦੀ ਹੈ। ਬਾਪੂ ਤੂੰ ਸਰਪੰਚ ਕੋਲ ਜਾ, ਇੱਕ ਵਾਰੀ ਸਮਝਾ ਦੇ, ਨਹੀਂ ਤਾਂ ਸਾਨੂੰ ਤਾਂ ਆਉਂਦਾ ਚੰਗੀ ਤਰ੍ਹਾਂ ਸਮਝਾਉਣਾ। ਸਰਪੰਚ ਸਾਹਿਬ ਕੌਣ ਆ ਜੀ? ਆ ਗਿਆ, ਆ ਜਾਓ ਜੀ। ਸਤਿ ਸ਼੍ਰੀ ਅਕਾਲ ਸਰਪੰਚ ਸਾਹਿਬ। ਸਤਿ ਸ਼੍ਰੀ ਅਕਾਲ, ਹੋਰ ਠੀਕ ਹੈ? ਬਹੁਤ ਵਧੀਆ ਜੀ, ਆਪ ਸੁਣਾਓ? ਵਧੀਆ ਵਧੀਆ, ਤੂੰ ਦੇ ਆਪਦੀ ਗੱਲ। ਬਸ ਜੀ ਗੱਲ ਤਾਂ ਹੁਣ ਤੁਹਾਡੇ ਕੋਲ ਦੁਬਾਰੇ ਫੇਰ ਆਉਣਾ ਪੈ ਗਿਆ ਜੀ। ਹੁਣ ਕੀ ਗੱਲ ਹੋ ਗਈ? ਸਰਪੰਚ ਸਾਹਿਬ ਮੈਂ ਤਾਂ ਆਇਆ ਸੀ, ਜਿਹੜੇ ਦੋ ਮੁੰਡੇ ਉੱਥੇ ਖੜਦੇ ਸੀਗੇ। ਆਹੋ ਉਹ ਤਾਂ ਮੈਨੂੰ ਪਤਾ ਹੀ ਹੈ ਗੱਲ ਦਾ, ਉਹ ਤਾਂ ਮੈਂ ਥਾਣੇ 'ਚ ਜਾਇਆ ਸੀਗਾ, ਉਹ ਗੱਲ ਕਰ, ਮੁੜ ਕੇ ਮੈਨੂੰ ਕੰਮ ਹੋ ਗਿਆ, ਮੈਂ ਚੰਡੀਗੜ੍ਹ ਵੱਗ ਗਿਆ ਸੀਗਾ, ਉਹ ਅੱਜ ਆ ਗਿਆ ਮੈਂ ਅਤੇ ਹੁਣ ਜਾਇਆ ਹੁਣ ਦੁਬਾਰੇ। ਉਹ ਤੋਂ ਬੇਫਿਕਰ ਹੈ, ਉਹ ਮੇਰੀ ਨਿਗਾਹ 'ਚ ਹੀ ਆ ਕੰਮ, ਜੇ ਹੋਰ ਕੋਈ ਗੱਲਬਾਤ ਤਾਂ ਦੱਸ। ਉਹੀ ਗੱਲ ਹੈ ਸਰਪੰਚ ਸਾਹਿਬ, ਇਹ ਗੱਲ ਵੱਧ ਗਈ ਹੁਣ। ਉਹ ਮੁੰਡਾ ਨਾ, ਉਹ ਦੋਨਾਂ 'ਚੋਂ ਇੱਕ ਮੁੰਡਾ ਕੋਈ ਹੋਣਾ ਵੀ ਉਹ ਮੁੰਡਾ ਅਤੇ ਆਪਣੀ ਲੜਕੀ ਉਹਨੂੰ ਫੋਨ ਕਰਦੀ ਹੈ, ਸਰਪੰਚ ਸਾਹਿਬ ਸਾਡੀ ਇੱਜ਼ਤ ਦਾ ਮਸਲਾ ਹੈ, ਇਹ ਤੁਸੀਂ ਧਿਆਨ ਨਾਲ ਸੁਲਝਾਓ। ਲੈ ਆ ਕਿਹੜੀ ਗੱਲ ਕਹੀ ਤੇ ਜ਼ੋਰ ਅਸਿਆ, ਵੀ ਸਾਡੀ ਇੱਜ਼ਤ ਦਾ ਮਤਾ, ਤੇਰੀ ਕਿਹੜਾ ਇਕੱਲੇ ਦੀ ਇੱਜ਼ਤ ਆ, ਸਾਡੀ ਵੀ ਨਾਲ ਇੱਜ਼ਤ ਆ, ਇਹ ਤਾਂ ਧੀ ਭੈਣ ਤਾਂ ਸਾਰੇ ਪਿੰਡ ਦੀ ਸਾਂਝੀ ਹੁੰਦੀ ਆ। ਸਰਪੰਚ ਸਾਹਿਬ ਮੁੰਡੇ ਦਾ ਤੁਹਾਨੂੰ ਪਤਾ ਹੀ ਹੈ, ਬਾਹਲਾ ਗੁੱਸੇ ਹੋ ਰਿਹਾ, ਹੁਣ ਉਹਨੂੰ ਮੈਂ ਦੱਸਣਾ ਤਾਂ ਪੈਣਾ ਸੀ, ਜਦੋਂ ਮੈਂ ਉਹਨੂੰ ਕੋਠੇ 'ਤੇ ਲਿਆ ਕੇ ਗੱਲ ਦੱਸੀ ਇਸ ਬਾਰੇ 'ਚ, ਅਤੇ ਉਹ ਤਾਂ ਭੜਕ ਗਿਆ, ਇੱਕਦਮ ਮੈਂ ਮਾਰ ਦੂੰ, ਮੈਂ ਐਂ ਕਰ ਦੂੰ। ਫਿਰ ਉਹਨੂੰ ਸਮਝਾਇਆ, ਮੈਂ ਭਾਈ ਇਹ ਗੱਲਾਂ ਐਂ ਕਰਨ ਵਾਲੀਆਂ ਨੇ, ਹਨ ਉੱਧਰ ਬੇਇੱਜ਼ਤੀ ਹੋਈ ਜਾਂਦੀ ਹੈ, ਫਿਰ ਤੂੰ ਮਾਰ ਨੂੰ ਫਿਰਦਾ, ਮਖਾਂ ਮੈਂ ਸਰਪੰਚ ਸਾਹਿਬ ਕੋਲ ਜਾ ਕੇ ਉਹਨੂੰ ਆਪੇ ਸਾਰਾ ਕੁਛ ਸੁਲਝਾ ਦੇਣਗੇ। ਸਰਪੰਚ ਸਾਹਿਬ ਮੈਂ ਤੁਹਾਡੇ ਕੋਲ ਤਾਂ ਆਇਆ ਹੁਣ। ਅੱਛਾ, ਓਹੋ ਇਹ ਕੰਮ ਰੌਲਾ ਪਾਏ ਤਾਂ ਥੋੜ੍ਹੀ ਹੱਲ ਹੁੰਦੇ ਹੁੰਦੇ ਆ, ਕਹਿੰਦੇ ਹੁੰਦੇ ਜੇ ਕੁੜਤਾ ਚੱਕਾਂਗੇ ਆਪਦਾ ਢਿੱਡ ਰੰਗਾ ਹੋਊਗਾ, ਤੈਨੂੰ ਤਾਂ ਇਹ ਪਤਾ ਨਾ ਗੱਲ ਦਾ, ਇਹ ਰੌਲਾ ਪਾਉਣ ਨਾਲ ਹੀ ਕੰਮ ਹੁੰਦਾ, ਇਹ ਤਾਂ ਕਹਿੰਦੇ ਸਕੀਮ ਨਾਲ ਲਾਉਣੀ ਪੈਂਦੀ ਹੁੰਦੀ ਆ। ਕੋਈ ਗੱਲ ਨਹੀਂ, ਤੂੰ ਮੈਨੂੰ ਗੱਲ ਦੱਸਦੀ ਨਾ, ਹੁਣ ਕੰਮ ਇਹ ਮੇਰੇ 'ਤੇ ਛੱਡ ਦੇ, ਤੁਹਾਨੂੰ ਕੁਛ ਕਰਨ ਦੀ ਲੋੜ ਨਹੀਂ, ਜਿਹੜਾ ਕੁਛ ਕਰਨਾ ਮੈਂ ਕਰੂੰ, ਕੇਰਾ ਤੁਹਾਨੂੰ ਸਮਝਾਊਂਗਾ, ਜੇ ਮੰਨ ਗਏ ਤਾਂ ਠੀਕ ਆ, ਅਤੇ ਨਹੀਂ ਤੈਨੂੰ ਪਤਾ ਉਦੋਂ ਦਾ ਮੈਂ ਕੀ ਕਰਨਾ, ਮੈਂ ਆਪਦੇ ਹਿਸਾਬ ਨਾਲ ਆਪੇ ਕਰ ਲੂੰ, ਪਰ ਤੁਸੀਂ ਕੁਛ ਨਹੀਂ ਕਰਨਾ। ਨਹੀਂ ਸਰਪੰਚ ਸਾਹਿਬ ਜੀ, ਅਸੀਂ ਕੁਛ ਕਰਨਾ ਹੁੰਦਾ ਤੁਹਾਡੇ ਕੋਲ ਆਉਂਦੇ ਨਹੀਂ ਸੀ, ਅਸੀਂ ਕਰੀਏ ਵੀ ਕੀ? ਹੁਣ ਜਿਵੇਂ ਤੁਸੀਂ ਹੱਲ ਕਰੋਗੇ ਸਾਨੂੰ ਠੀਕ ਹੈ, ਸਾਡੀ ਇੱਜ਼ਤ ਬਾਰੇ ਤੁਸੀਂ ਸੋਚਣਾ ਤਾਂ ਤੁਹਾਡੇ ਕੋਲ ਆਇਆ। ਓਹੋ, ਜੇ ਤੇਰੀ ਧੀ ਆ ਉਹ ਮੇਰੀ ਵੀ ਧੀ ਆ, ਪਰ ਮੈਨੂੰ ਇੱਕ ਗੱਲ ਦੱਸ ਦੇ ਤੂੰ ਵੀ ਆਪਣੀ ਕੁੜੀ ਘਰੋਂ ਸਕੂਲ ਕਿੰਨੇ ਵਜੇ ਜਾਂਦੀ ਹੈ? ਬਸ ਸਰਪੰਚ ਸਾਹਿਬ ਘਰੋਂ ਤਾਂ ਨਾ ਉਹ ਕੋਈ 8:30 ਦੇ ਦਰਮਿਆਨ ਤੁਰ ਪੈਂਦੀ ਹੈ ਘਰੋਂ। ਕੋਈ ਗੱਲ ਨਹੀਂ, ਬਸ ਹੁਣ ਇਹ ਕੰਮ ਤੂੰ ਮੇਰੇ 'ਤੇ ਛੱਡ ਦੇ, ਮੇਰਾ ਕੰਮ ਰਹਿ ਗਿਆ, ਤੇਰਾ ਖਤਮ ਹੋ ਗਿਆ, ਤੂੰ ਮੈਨੂੰ ਗੱਲ ਦੱਸਦੀ ਨਾ ਬਸ, ਇਦੋਂ ਬਾਅਦ ਮੈਂ ਜਾਣਾ, ਮੇਰਾ ਕੰਮ ਜਾਣੀ। ਠੀਕ ਹੈ ਜੀ, ਬਹੁਤ ਧੰਨਵਾਦ ਸਰਪੰਚ ਸਾਹਿਬ ਤੁਹਾਡਾ। ਮੈਂ ਇੱਕ ਗੱਲ ਜ਼ਰੂਰ ਆ, ਮੁੰਡੇ ਨੂੰ ਸਮਝਾ ਦੀ, ਤੁਸੀਂ ਕੋਈ ਸਟੈਪ ਨਹੀਂ ਲੈਣਾ, ਠੀਕ ਹੈ? ਨਹੀਂ ਜੀ, ਜਿੰਨਾ ਚਿਰ ਕੋਈ ਤੁਹਾਡੀ ਜਵਾਬਦਾਰੀ ਨਹੀਂ ਹੁੰਦੀ, ਅਸੀਂ ਤੁਹਾਡੇ ਪੁੱਛੇ ਬਿਨਾਂ ਕੁਛ ਵੀ ਨਹੀਂ ਕਰਦੇ। ਬਸ ਠੀਕ ਹੈ, ਹੁਣ ਮੇਰਾ ਕੰਮ ਰਹਿ ਗਿਆ, ਮੈਂ ਜਾਣਾ, ਮੇਰਾ ਕੰਮ ਜਾਣੀ, ਤੁਸੀਂ ਦੇਖੋ ਬਾਅਦ ਕੀ ਕੀ ਹੁੰਦਾ। ਬਹੁਤ ਧੰਨਵਾਦ ਸਰ। ਉਹ ਚਾਹ ਪਾਣੀ ਦੀ ਸੇਵਾ ਭਾਜੀ? ਆ ਚਾਹ ਪਾਣੀ ਹੈ, ਬਸ ਇਹ ਕੰਮ ਕਰ ਦਿਓ। ਕੋਈ ਗੱਲ ਨਹੀਂ, ਕੋਈ ਗੱਲ ਨਹੀਂ। ਉਹ ਕਹਿੰਦੇ ਹੁੰਦੇ ਆ ਧੀਆਂ ਭੈਣਾਂ ਤਾਂ ਸਭ ਦੀਆਂ ਸਾਂਝੀਆਂ ਹੁੰਦੀਆਂ, ਪਰ ਆਹ ਦੇਖ ਲਾ ਅੱਜ ਕੱਲ੍ਹ ਦੇ ਮੁੰਡੇ ਇਹ ਨਹੀਂ ਸੋਚਦੇ ਵੀ ਤੁਸੀਂ ਪੜ੍ਹਨ ਜਾਂਦੇ ਹੋ ਸਕੂਲ 'ਚ, ਜੇ ਕੋਈ ਗੱਲਬਾਤ ਆ ਜਿੱਥੇ ਮਾਂ ਪਿਓ ਵਿਆਹੂਗਾ ਵੀ ਉਦੋਂ ਤੁਸੀਂ ਵਿਆਹ ਕਰਾ ਲਓ, ਕਿਉਂ ਤੁਸੀਂ ਕਿਸੇ ਜ਼ਿੰਦਗੀ ਖਰਾਬ ਕਰਦੇ ਹੋ? ਇਹੋ ਜਿਹੀਆਂ ਕੁੜੀਆਂ ਆਉਂਦੀਆਂ, ਆਪਦੇ ਮਾਂ ਪਿਓ ਵੀ ਨਹੀਂ ਸੋਚਣਾ ਚਾਹੀਦਾ, ਹਰ ਇੱਕ ਨੂੰ, ਧੀ ਨੂੰ ਵੀ ਸੋਚਣਾ ਚਾਹੀਦਾ ਅਤੇ ਪੁੱਤਾਂ ਨੂੰ ਵੀ ਸੋਚਣਾ ਚਾਹੀਦਾ ਵੀ ਸਾਡਾ ਕੱਲ੍ਹ ਨੂੰ ਕੀ ਬਣੂਗਾ।
ਪਰ ਪਤਾ ਨਹੀਂ ਕੀ ਗੱਲ ਅੱਜ ਕੱਲ੍ਹ ਹੋਇਆ ਕਿ ਮਸ਼ਹੂਰ ਮੱਤ ਨੇ। ਚੱਲ ਕੋਈ ਗੱਲ ਨਹੀਂ, ਕੋਈ ਨਾ ਕੋਈ ਤਾਂ ਲਾ ਸਰਪੰਚਾ ਸ਼ਕੀਨ। ਨਜ਼ਰਾਂ ਵੀ ਘੁਮਾ ਲਿਆ ਕਰ ਮਾੜੀ, ਕੋਈ ਰਾਜ ਵੀ ਖੜਾ ਹੁੰਦਾ ਕਈ ਵਾਰੀ। ਨਾ ਇੰਨੀ ਨੇੜੇ ਸਾਡੇ ਘਰ ਦੇ ਖੜਾ, ਕੀ ਗੱਲ ਮਰਨ ਦੀ ਤਿਆਰੀ ਆ? ਮਰਿਆ ਤਾਂ ਮੈਂ ਪਹਿਲਾਂ ਹੀ ਪੈਂ ਤੇਰੇ ਪਿਆਰ ਚ। ਅੱਛਾ ਜੀ, ਹੋਰ ਤੇਰੇ ਬਿਨਾਂ ਤਾਂ ਮੇਰਾ ਇੱਕ ਪਲ ਵੀ ਜੀ ਨਹੀਂ ਲੱਗਦਾ, ਹੁਣ ਤਾਂ ਘਰੇ ਵੀ ਜੀ ਲੱਗਣੋਂ ਹਟ ਗਿਆ ਮੇਰਾ। ਰਵੀ ਮੇਰੀ ਗੱਲ ਸੁਣ, ਇੱਥੇ ਨਾ ਗਲੀ ਬਹੁਤ ਚੱਲਦੀ ਹੈ, ਮੈਨੂੰ ਹੁਣ ਜਾਣ ਦੇ, ਨਾਲੇ ਸਕੂਲ ਦਾ ਟਾਈਮ ਹੋ ਰਿਹਾ ਤੇ ਇਹੀ ਗੱਲਾਂ ਤੇਰੇ ਫੋਨ ਤੇ ਹੁੰਦੀਆਂ ਨੇ, ਇਹੀ ਤੇਰੀਆਂ ਜਦੋਂ ਫੇਸ ਟੂ ਫੇਸ ਮਿਲਦੇ ਆ। ਲੋ ਹੋਰ ਹੁਣ ਗੱਲਾਂ ਕੀ ਕਰਾਂ, ਮੇਰੇ ਕੋਲ ਤਾਂ ਇਹੋ ਜਿਹੀਆਂ ਗੱਲਾਂ ਨੇ। ਚੱਲ ਚੱਲ, ਤੂੰ ਨਹੀਂ ਰਹਿ ਜਾਂਦਾ ਹੁਣ ਘਰੇ ਗੱਲ ਕਰ ਲਾ ਬਸ। ਘਰੇ ਗੱਲ ਕਰ ਲਾ, ਤੇਰਾ ਦਿਮਾਗ ਖਰਾਬ ਆ? ਤੈਨੂੰ ਲੱਗਦਾ ਮੇਰੇ ਘਰ ਦੇ ਮੰਨ ਜਾਣਗੇ, ਨਾਲੇ ਤੇਰੇ ਘਰ ਦੇ ਮੰਨ ਜਾਣਗੇ? ਹੁਣ ਤੂੰ ਆਹ ਗੱਲਾਂ ਤੇ ਆ ਗਈ, ਪਹਿਲਾਂ ਭੋਲੇ ਭਾਲੇ ਮੁੰਡੇ ਨੂੰ ਪੱਟ ਸੁੱਟਿਆ, ਹੁਣ ਆਹ ਗੱਲਾਂ ਕਰਦੀ। ਰਵੀ ਕੀ ਪੱਟ ਸੁੱਟਿਆ ਹੈ, ਤੂੰ ਆਪ ਹੀ ਸਮਝ ਵੀ ਮੇਰੇ ਘਰ ਦੇ ਕਿਵੇਂ ਮੰਨਣਗੇ, ਆਪਾਂ ਅਲੱਗ ਅਲੱਗ ਪਿੰਡ ਦੇ ਹੁੰਦੇ ਤਾਂ ਵੀ ਸੀ। ਇਹੀ ਗੱਲਾਂ ਤੇਰੇ ਫੋਨ ਤੇ ਹੁੰਦੀਆਂ ਨੇ, ਇਹੀ ਜਦੋਂ ਆਮਨੇ ਸਾਹਮਣੇ ਹੁੰਦੇ ਉਦੋਂ। ਚੱਲ ਚੰਗਾ, ਹੋਰ ਕੀ ਗੱਲਾਂ ਕਰਾਂ ਯਾਰ, ਫਿਰ ਉਹੀ ਗੱਲਾਂ ਤੇ। ਰੀਤਾ ਆ ਜਾ ਨਾ, ਰੀਤਾ ਤੂੰ ਤਾਂ ਇੱਥੇ ਇੰਨਾ ਟਾਈਮ ਲਾਤਾ, ਮੜ ਮੜ ਦੇਖ ਵੀ ਲਿਆ ਕਰ। ਰਵੀ ਜੇ ਤੂੰ ਫੋਨ ਤੇ ਨੀਰ ਗੱਲਾਂ ਕਰ ਰਾਜ ਦਾ ਨਾ, ਹੁਣ ਤੇਰਾ ਦਿਲ ਕਿੱਥੇ ਭਰੂਗਾ? ਆ ਜਾ ਰੀਤਾ, ਨਾਲੇ ਕੋਈ ਦੇਖ ਲਊਗਾ। ਰੀਤਾ ਵਧੀਆ ਰਹੇਗੀ, ਤੂੰ ਆ ਗਈ ਛੇਤੀ, ਜੇ ਕੋਈ ਦੇਖ ਲਾਦਾ ਫੇਰ। ਸਹੀ ਗੱਲ ਹੈ ਦੀਦੀ, ਆ ਜਲਦੀ ਜਲਦੀ ਚੱਲੀਏ, ਕੋਈ ਦੇਖ ਵੀ ਨਾ ਲਵੇ। ਚੱਲ ਚੱਲ, ਉਹ ਮੇਰਾ ਬੈਗ ਕਿੱਥੇ ਆ? ਤੇ ਤੇਰਾ ਸਕੂਲ 'ਚ ਰੱਖੀ ਸੀ ਮੈਂ ਸਾਂਭ ਕੇ। ਓਕੇ ਮੈਂ ਇੰਨਾ ਪਿਆਰ ਕਰਦਾ ਕਮਲੀ, ਜਮਾਂ ਨਹੀਂ ਸੀਰੀਅਸ ਹੁੰਦੀ। ਪੰਚ ਕਿੱਧਰੋਂ ਦਾ ਤੁਰਿਆ ਉਹ? ਚੱਲ ਲਾ ਦਾਂ ਇਹਦੇ ਬਾਨੇ। ਤੂੰ ਇੱਥੇ ਕੀ ਕਰਦਾ ਫਿਰਦਾਗਾ? ਉਹ ਨਿਹਰਾ ਢਾਲਾ ਡਿੱਗ ਪਿਆ ਸੀਗਾ ਜੀ, ਉਹ ਲੱਭਦੇ ਸੀ। ਢਾਲਾ ਢੁੱਲਾ ਦੱਸਿਆ ਤੈਨੂੰ, ਮੈਂ ਢਾਲਾ ਦੇਊਂਗਾ, ਤੂੰ ਯਾਦ ਹੀ ਰੱਖੀਗਾ। ਕਿਉਂ ਜੀ, ਇਹੋ ਜਿਹਾ ਹੀ ਕਰਤਾ ਮੈਂ? ਉਹ ਕਾਕਾ ਤੂੰ ਕਿਵੇਂ ਕੁੜੀਆਂ ਦਾ ਰਸਤਾ ਘਰੇ ਬੈਠਾ ਸੀਗਾ? ਨਾਲੇ ਤੇਰਾ ਆਹੀ ਪਿੰਡ ਆ ਨਾ, ਤੂੰ ਬਘੇਰੇ ਦਾ ਪੁੱਤ ਹੀ ਆ ਨਾ, ਤੂੰ ਉਹੀ ਆ ਜਿਹੜਾ ਰੀਤ ਨੂੰ ਫੋਨ ਲਾਉਣਾ ਹੁੰਦਾ। ਹਾਂਜੀ, ਮੈਂ ਪਿਆਰ ਕਰਦਾ ਜੀ ਤੇ, ਅਸੀਂ ਦੋਨਾਂ ਨੇ ਵਿਆਹ ਕਰਾਉਣਾ ਜੀ, ਉਹ ਵੀ ਮੈਨੂੰ ਬਹੁਤ ਪਿਆਰ ਕਰਦੀ। ਉਹ ਤੈਨੂੰ ਪਤਾ ਨਾ, ਨਾਲੇ ਉਹ ਕੁੜੀ ਕਿਹਦੀ ਆ? ਉਹ ਜੋਰੇ ਦੀ ਕੁੜੀ ਆ ਸਰਦਾਰ ਦੀ। ਤੂੰ ਵਿਆਹ ਬਾਰੇ ਗੱਲ ਸੋਚ ਕੇ ਮਿਲੇ ਤੀ? ਤੂੰ ਗੱਲ ਸੁਣੋ ਸਰਪੰਚ ਸਾਹਿਬ, ਪਿਆਰ ਨਾ ਗਰੀਬੀ ਅਮੀਰੀ ਦੇਖ ਕੇ ਨਹੀਂ ਹੁੰਦਾ, ਨਾ ਹੀ ਜਾਤ ਪਾਤ ਦੇਖ ਕੇ ਹੁੰਦਾ, ਇਹਦਾ ਬਸ ਇੱਕ ਹੋ ਜਾਂਦਾ ਗਾ। ਨਾਲੇ ਮੈਨੂੰ ਇਹ ਨਹੀਂ ਸੀ ਪਤਾ ਵੀ ਉਹ ਇੰਨੇ ਤਕੜੇ ਘਰ ਦੀ ਕੁੜੀ ਆ। ਉਹ ਨਾਲੇ ਤੈਨੂੰ ਹੁਣ ਤਾਂ ਪਤਾ ਲੱਗ ਗਿਆ ਨਾ, ਜਿੰਨਾ ਤੂੰ ਉਹਦੋਂ ਦੂਰ ਰਹੇਗਾ ਨਾ ਤੇਰੇ ਵਾਸਤੇ ਉਨਾ ਹੀ ਫਾਇਦਾ। ਹੁਣ ਤੂੰ ਇੱਥੇ ਤਿੱਤਰ ਬਣ ਜਾ, ਅੱਜ ਤੋਂ ਬਾਅਦ ਮੈਂ ਤੈਨੂੰ ਉਹਦੇ ਲਵੇ ਤਾਵੇ ਵੀ ਦੇਖ ਲੈਣਾ, ਉਹਦਾ ਹਿਸਾਬ ਲਾ ਲਈ ਤੂੰ। ਸਰਪੰਚ ਸਾਹਿਬ, ਦੂਰ ਰਹਿਣ ਵਾਲੀਆਂ ਤਾਂ ਹੁਣ ਤੁਸੀਂ ਗੱਲਾਂ ਹੀ ਛੱਡ ਦਿਓ, ਅਸੀਂ ਤਾਂ ਇੱਕ ਦੂਜੇ ਨੂੰ ਬਹੁਤ ਪਿਆਰ ਕਰਦੇ ਹਾਂ ਅਤੇ ਵਿਆਹ ਵੀ ਕਰਾਉਣਾ ਹੁਣ ਅਸੀਂ। ਜੇ ਕਾਕਾ ਤੂੰ ਸਿਆਣਾ, ਤੂੰ ਉਹਦਾ ਪਿੱਛੇ ਹਟ ਜਾ, ਦੇਖ ਕੁੜੀ ਹਜੇ ਨਿਆਣੀ ਆ, ਉਹਨੂੰ ਹਜੇ ਚੰਗੇ ਬੁਰੇ ਦੀ ਪਰਖ ਨਹੀਂ। ਅਤੇ ਨਾਲੇ ਇੱਕ ਗੱਲ ਤੈਨੂੰ ਹੋਰ ਦੱਸਦਾ ਮੈਂ, ਕਿਤੇ ਕੁੱਲੀਆਂ ਨਾਲ ਮਹਿਲਾਂ ਦੇ ਰਿਸ਼ਤੇ ਜੁੜੇ ਆ? ਸਾਡੇ ਰਿਸ਼ਤਾ ਨਾ ਸਰਪੰਚ ਸਾਹਿਬ, ਕੁੱਲੀਆਂ ਮਹਿਲ ਦੇਖ ਕੇ ਨਹੀਂ ਹੋਇਆ ਗਾ, ਇਹ ਦਿਲਾਂ ਦੇ ਸੌਦੇ ਹੋਏ ਜੀ ਸਾਡੇ। ਸਰਪੰਚ ਸਾਹਿਬ, ਮੈਂ ਰੀਤ ਲਈ ਜਾਣ ਦੇ ਵੀ ਸਕਦਾ ਅਤੇ ਕਿਸੇ ਦੀ ਜਾਣ ਲੈ ਵੀ ਸਕਦਾ। ਨਾਲੇ ਜਿਹੜੀ ਆਹ ਅਮੀਰੀ ਗਰੀਬੀ ਵਾਲੀ ਗੱਲ ਆ, ਰਹੀ ਗੱਲ ਗਰੀਬੀ ਅਮੀਰੀ ਦੀ, ਇਹ ਤੁਹਾਡੇ ਅੱਗੇ ਵੱਡੇ ਲੋਕਾਂ ਦੀਆਂ ਕੰਧਾਂ ਖਿੱਚੀਆਂ ਹੋਈਆਂ ਨੇ। ਤੇਰਾ ਰੀਤ ਨਾਲ ਨਾ ਅੱਜ ਵਿਆਹ ਹੋਵੇ ਅਤੇ ਨਾ ਹੋਵੇ ਕੱਲ੍ਹ, ਜਿਹੜਾ ਮਨ 'ਚ ਤੂੰ ਬਹਿ ਪਾਲੀ ਬੈਠਾ ਨਾ, ਇਹ ਮਨ 'ਚੋਂ ਤੂੰ ਕੱਢ ਦੇ, ਉਹ ਬਹੁਤ ਬੁਰੇ ਖਿਆਲ ਲਈ ਬੈਠਾ ਤੂੰ। ਸਰਪੰਚ ਸਾਹਿਬ, ਤੁਸੀਂ ਆਹ ਸਰਪੰਚੀ ਦੀ ਰੋਅ ਜਿਹਾ ਮਾਰ ਕੇ ਨਾ ਮੈਨੂੰ ਡਰਾਉਣ ਦੀ ਕੋਸ਼ਿਸ਼ ਨਾ ਕਰੋ। ਬਾਕੀ ਰਹੀ ਗੱਲ ਪਿੱਛੇ ਹਟਣ ਵਾਲੀ, ਜਿੰਨਾ ਟਾਈਮ ਰੀਤ ਨਹੀਂ ਨਾ ਮੈਨੂੰ ਕਹਿੰਦੀ ਵੀ ਮੈਂ ਤੇਰੇ ਨਾਲ ਗੱਲ ਨਹੀਂ ਕਰਦੀ, ਉਹਨਾਂ ਟਾਈਮ ਮੈਂ ਨਹੀਂ ਪਿੱਛੇ ਪੁੱਛੇ ਹਟਦਾ। ਜਿੰਨਾ ਟਾਈਮ ਉਹ ਮੇਰੇ ਹੱਕ 'ਚ ਖੜੀ ਆ, ਮੈਂ ਉਹਦੇ ਨਾਲ ਡੱਟ ਕੇ ਖੜੂੰਗਾ, ਚਾਹੇ ਕੁਛ ਹੋ ਜੇ। ਜੇ ਕਾਕਾ ਜੇ ਆਹ ਗੱਲ ਆ, ਮੈਂ ਉਹਨੂੰ ਆਪੇ ਸਮਝਾ ਲਊਂ ਆਪਦੀ ਕੁੜੀ ਨੂੰ, ਪਰ ਅੱਜ ਤੋਂ ਤੂੰ ਉੱਥੋਂ ਦੂਰ ਰਹਿਣਾ ਗਾ।
ਜਿੰਨਾ ਤੂੰ ਉਹ ਤੋਂ ਦੂਰ ਰਹੀ ਨਾ ਤੇਰੇ ਵਾਸਤੇ ਉਨੇ ਚੰਗਾ ਹੋਊ। ਜਿਹੜੀਆਂ ਗੱਲਾਂ ਤੂੰ ਕਰੀ ਜਾਂਦਾ ਨਾ ਇਹ ਗੱਲਾਂ ਨੇ ਉਦੋਂ ਤੇਰੇ ਨੇੜੇ ਤੇੜੇ ਵੀ ਨਹੀਂ ਆਉਣਾ। ਸਰਪੰਚ ਸਾਹਿਬ ਤੁਸੀਂ ਆਪਣੀ ਕੁੜੀ ਨੂੰ ਸਮਝਾ ਲਓ, ਨਾ ਮੈਂ ਉਹਨੂੰ ਪਹਿਲਾਂ ਫੋਨ ਲਾਵਾਂ ਨਾ ਮੈਂ ਕਦੇ ਉਹਦੇ ਰਾਹ 'ਚ ਆਵਾਂ। ਉਹ ਕਾਕਾ ਮੈਨੂੰ ਇਹ ਗੱਲ ਮਨਜ਼ੂਰ ਆ ਜਿਹੜੀ ਗੱਲ ਤੂੰ ਕਹਿਤੀ ਨਾ ਮੇਰੇ ਸਿਰ ਮੱਥੇ, ਪਰ ਅੱਜ ਤੋਂ ਬਾਅਦ ਤੂੰ ਉਹਦੇ ਰਾਹ ਦੇ ਵਿੱਚ ਨਹੀਂ ਆਉਣਾ। ਜੇ ਕਿਤੇ ਤੂੰ ਉਹਦੇ ਰਾਹ ਦੇ ਵਿੱਚ ਆ ਗਿਆ ਨਾ ਤੂੰ ਸਾਹ ਲਾ ਲਈ, ਤੇਰੀ ਪੁੱਠੀ ਗਿਣਤੀ ਸ਼ੁਰੂ ਹੋ ਗਈ। ਇੱਕ ਗੱਲ ਹੋਰ, ਅੱਜ ਤੋਂ ਬਾਅਦ ਉਹਦੇ ਫੋਨ 'ਤੇ ਤੇਰਾ ਫੋਨ ਨਹੀਂ ਆਉਣਾ ਚਾਹੀਦਾ। ਜੇ ਕਿਤੇ ਉਹਦੇ ਫੋਨ 'ਤੇ ਤੇਰਾ ਫੋਨ ਆ ਗਿਆ ਫਿਰ ਤੂੰ ਆਪਦਾ ਹਿਸਾਬ ਆਪੇ ਲਾ ਲਈ। ਇੱਕ ਗੱਲ ਹੋਰ, ਤੇਰੇ ਦਾਦੇ ਅਰਗਿਆਂ ਨਾਲ ਨਾ ਮੇਰੀ ਚੰਗੀ ਲਿਆ ਜਾ, ਇਹਦਾ ਕਰਕੇ ਮੈਂ ਤੈਨੂੰ ਬਖਸ਼ੀ ਜਾਂਦਾ। ਫਿਰ ਕੱਲ੍ਹ ਨੂੰ ਇਹ ਗੱਲ ਨਾ ਮੈਨੂੰ ਕਹਿ ਦੀ ਵੀ ਸਾਡੇ ਘਰ ਜਾ ਕੇ ਲਾਂਭਾ ਦੇ ਤਾ। ਹੁਣ ਪਹਿਲੀ ਵਾਰ ਮੈਂ ਤੈਨੂੰ ਸਮਝਾਤਾ, ਜੇ ਗੱਲ ਤੋਂ ਦੂਰ ਰਹੀਆਂ ਤਾਂ ਤੇਰੇ ਵਾਸਤੇ ਚੰਗਾ ਰਹੂਗਾ, ਤੇ ਨਹੀਂ ਤਾਂ ਫਿਰ ਤੈਨੂੰ ਪਤਾ ਹੀ ਹੈ। ਬਸ ਠੀਕ ਆ ਜੀ, ਤੁਸੀਂ ਆਪਦੀ ਕੁੜੀ ਨੂੰ ਸਮਝਾ ਲਓ, ਮੇਰੀ ਫਿਕਰ ਨਾ ਕਰੋ। ਤਿੱਤਰ ਬਣ ਜਾ ਇੱਥੋਂ ਹੁਣ ਤੂੰ। ਆਹ ਹੁਣ ਜੋਰਾ ਵੀ ਆਉਂਦਾ ਹੋਊਗਾ, ਪਹਿਲਾਂ ਜੋਰੇ ਦਾ ਕੰਮ ਨਿਬੜ ਜੇ, ਉਦੋਂ ਬਾਅਦ ਫਿਰ ਦੇਖਦੇ ਹਾਂ, ਫਿਰ ਕੋਈ ਕੰਮ ਕਰਾਂਗੇ। ਉਹਨਾਂ ਨੇ ਥਾਣੇ 'ਚ ਜਾਣਾ ਸੀਗਾ, ਥਾਣੇ 'ਚ ਵਾਲਾ ਕੰਮ ਕਰ ਆਵਾਂਗੇ ਅੱਜ, ਇਹ ਸਾਰੇ ਕੰਮ ਨਿਬੜ ਜਾਣਗੇ। ਕੀ ਕਹਿੰਦਾ ਮਾਨ ਸਾਹਿਬ? ਆ ਜਾਓ ਜੀ, ਆ ਜਾਓ, ਮੈਂ ਤਾਂ ਇਹਨੂੰ ਡਿੱਕੀ ਜਾਂਦਾ ਸੀਗਾ। ਹਾਂ ਤੁਸੀਂ ਫੋਨ ਕਰਿਆ ਸੀਗਾ, ਫਿਰ ਮੈਂ ਤਾਂ ਉਦੋਂ ਹੀ ਆ ਗਿਆ। ਚੱਲ ਉਹ ਠੀਕ ਹੈ, ਬਸ ਠੀਕ ਹੈ, ਦੱਸੋ ਕੀ ਗੱਲਬਾਤ ਹੋਈ? ਉਹ ਗੱਲਬਾਤ ਆ ਜੋਰਾ ਸਿੰਘ, ਦੇਖ ਮੈਂ ਮੁੰਡੇ ਨੂੰ ਸਮਝਾਤਾ। ਅੱਛਾ ਠੀਕ ਹੈ, ਪਰ ਕਰਦਾ ਤਾਂ ਹੋਰੋਂ ਤੋਰੂ ਜੀ ਸੀ ਮੁੰਡਾ, ਉਹਦੀ ਬੋਲੀ ਤਾਂ ਹੋਰ ਸੀਗੀ, ਪਰ ਮੈਂ ਉਹਨੂੰ ਆਪਦੇ ਹਿਸਾਬ ਨਾਲ ਸਮਝਾਤਾ। ਪਰ ਇੱਕ ਗੱਲ ਹੋਰ ਹੈ, ਤੂੰ ਹੁਣ ਆਪਦੀ ਕੁੜੀ ਨੂੰ ਸਮਝਾ ਕੇ ਰੱਖੀ। ਉਹਨੇ ਮੈਨੂੰ ਇਹ ਗੱਲ ਕਹੀ ਆ, ਕਹਿੰਦਾ ਆਪ ਪਹਿਲਾਂ ਮੈਂ ਪੈਰ ਨਹੀਂ ਕਰਦਾ, ਨਾ ਤਾਂ ਉਹਦੇ ਮੈਂ ਕਿਤੇ ਰਸਤੇ 'ਚ ਆਵਾਂ, ਠੀਕ ਹੈ, ਅਤੇ ਨਾ ਮੈਂ ਉਹਨੂੰ ਫੋਨ ਲਾਵਾਂ। ਠੀਕ ਹੈ ਠੀਕ ਹੈ, ਇਹ ਤਾਂ ਗੱਲ ਤੁਹਾਡੀ ਠੀਕ ਹੈ। ਠੀਕ ਹੈ ਸਰਪੰਚ ਸਾਹਿਬ, ਉਹ ਮੁੰਡਾ ਹੈ ਕੌਣ, ਕਿਹਦਾ ਮੁੰਡਾ ਹੈ? ਜੋਰਾ ਸਿੰਘ, ਉਹ ਤੂੰ ਇਹਨਾਂ ਗੱਲਾਂ ਤੋਂ ਕੀ ਲੈਣਾ, ਕਿਸੇ ਦਾ ਹੀ ਹੋਵੇ, ਮੈਂ ਉਹਨੂੰ ਕਿਹੜਾ ਸਮਝਾਇਆ ਆਪਦੇ ਭਾਸ਼ਾ ਨਾਲ, ਤੈਨੂੰ ਇਹ ਗੱਲ ਦੀ ਲੋੜ ਨਹੀਂ ਪੁੱਛਣ ਦੀ, ਠੀਕ ਹੈ? ਬਾਕੀ ਸਿਰੇ ਜਿਹੜੀ ਤੈਨੂੰ ਮੈਂ ਗੱਲ ਕਹਿਣਾ ਨਾ, ਤੂੰ ਇਹਦਾ ਖਿਆਲ ਰੱਖ, ਪਰ ਹੁਣ ਤੇਰੀ ਜ਼ਿੰਮੇਵਾਰੀ ਰਹੇਗੀ, ਤੇਰੀ ਕੁੜੀ ਉਹਨੂੰ ਫੋਨ ਨਾ ਲਾਵੇ। ਉਹਨੇ ਜਿਹੜੀ ਗੱਲ ਕਹੀ ਹੈ ਵੀ ਨਾ ਤਾਂ ਉਹਨੂੰ ਮੈਂ ਕਿਤੇ ਫੋਨ ਲਾਵਾਂ, ਨਾ ਮੈਂ ਉਹਦੇ ਰਾਹ 'ਚ ਆਵਾਂ, ਜੇ ਪਹਿਲਾਂ ਉਹ ਪਹਿਲ ਕਰੂਗੀ, ਇਹ ਗੱਲ ਕਹੀ ਜਾਣੇ। ਹੁਣ ਪਹਿਲ ਕੌਣ ਕਰ ਸਕਦੀ ਹੈ? ਕੁੜੀ, ਤੂੰ ਕੁੜੀ ਨੂੰ ਸਮਝਾਉਣਾ ਗਾ, ਉਹ ਨਾ ਉਹ ਆਪਦੇ ਆਪ ਨਹੀਂ ਫੋਨ ਲਾਉਂਦਾ, ਉਹ ਕਹਿੰਦਾ ਮੈਂ। ਚਲੋ ਸਰਪੰਚ ਸਾਹਿਬ ਠੀਕ ਹੈ, ਜੇ ਤੁਸੀਂ ਸਮਝਾ ਹੀ ਦਿੱਤਾ ਫਿਰ ਅਸੀਂ ਕੀ ਲੈਣਾ ਉਹਨੂੰ, ਮਿਲ ਕੇ ਜਾਂ ਕਹਿ ਕੇ ਕੁਛ? ਓਹੋ, ਮੈਂ ਤੈਨੂੰ ਗੱਲ ਇਹ ਕਹਿਣਾ, ਜੇ ਹੁਣ ਕੱਲ੍ਹ ਨੂੰ ਕੁੜੀ ਨੇ ਫੋਨ ਲਾਤਾ ਉਹ ਤਾਂ ਫਿਰ ਕਹੇ ਤੂੰ ਕੁੜੀ ਫੋਨ ਲਾਉਂਦੀ ਸੀ, ਉਹ ਅਸੀਂ ਸਮਝਾਵਾਂਗੇ। ਹਾਂ, ਬਾਕੀ ਸਿਰ ਗੱਲ ਇਹ ਹੈ, ਕੁੜੀ ਨੂੰ ਪਿਆਰ ਨਾਲ ਸਮਝਾ ਦੇ, ਵੀ ਕੱਲ੍ਹ ਨੂੰ ਇਹਨਾਂ ਗੱਲਾਂ 'ਚ ਭਾਈ ਕੋਈ ਫਾਇਦਾ ਨਹੀਂ ਰੱਖਿਆ, ਫਿਰ ਮੁੜ ਕੇ ਨਾ ਘਰਾਂ ਦੇ ਘਰ ਪੱਟੇ ਜਾਂਦੇ। ਪਿਆਰ ਨਾਲ ਸਮਝਾਈ, ਜੇ ਤੁਸੀਂ ਕਰੋਗੇ ਗਰਮੀ, ਗਰਮੀ 'ਚ ਕੋਈ ਫਾਇਦਾ ਨਹੀਂ। ਠੀਕ ਹੈ ਸਰਪੰਚ ਸਾਹਿਬ, ਅਸੀਂ ਪਿਆਰ ਨਾਲ ਹੀ ਸਮਝਾਵਾਂ। ਪਿਆਰ ਨਾਲ ਸਮਝਾ ਜੀ, ਹੁਣ ਤੂੰ ਉਹਨੂੰ ਐਂ ਕਹਿੰਦੇ, ਦੇਖ ਲੈ ਭਾਈ ਜੇ ਮੇਰੀ ਇੱਜ਼ਤ ਰੱਖਣੀ ਕਿ ਨਹੀਂ ਰੱਖਣੀ, ਜੇ ਭਾਈ ਅਸੀਂ ਤੈਨੂੰ ਬੁਰੇ ਲੱਗਦੇ ਹਾਂ ਸਾਨੂੰ ਫਿਰ ਉਹੀ ਕੁਛ ਪਾ ਲੈ। ਸਰਪੰਚ ਸਾਹਿਬ, ਜੇ ਕੋਈ 19-21 ਗੱਲ ਹੋਈ ਮੈਂ ਫਿਰ ਤੁਹਾਡੇ ਕੋਲੇ ਆਉਂ, ਅਸੀਂ ਤਾਂ ਅਸੀਂ ਸਮਝਾਵਾਂਗੇ, ਜਿਵੇਂ ਤੁਸੀਂ ਸਾਨੂੰ ਦੱਸੀ ਹੈ ਗੱਲ, ਅਸੀਂ ਇਹ ਗੱਲ ਉਵੇਂ ਜਿਵੇਂ ਸਮਝਾਵਾਂਗੇ ਤੁਹਾਨੂੰ ਲੜਕੀ। ਇਹਦੇ 'ਚ ਹੋਰ ਹੁੰਦੀ ਹੈ ਗੱਲ ਜੋਰਾ ਸਿੰਘ, ਜੇ ਆਪਾਂ ਨੂੰ ਤਾਂ ਕੁੱਟਮਾਰ ਕਰਾਂਗੇ ਉਹ ਆਪਣੇ ਤੋਂ ਹੋਰ ਦੂਰ ਹੋ ਜਾਓ, ਜਦੋਂ ਬੰਦਾ ਕਿਸੇ ਨੂੰ ਚਾਹੁਣ ਲੱਗ ਜਾਏ ਨਾ ਇਹ ਤਾਂ ਤੈਨੂੰ ਵੀ ਪਤਾ ਗਾ, ਬੰਦਾ ਉਹਦੇ ਨੇੜੇ ਹੋ ਜਾਂਦਾ। ਹੁਣ ਉਹ ਇਸ ਟਾਈਮ ਉਹਦੇ ਨੇੜੇ ਆ, ਆਪਾਂ ਉਹਨੂੰ ਕਿਸੇ ਪਿਆਰ ਨਾਲ ਹੀ ਉਹਨੂੰ ਦੋ ਕਰ ਸਕਦੇ ਹਾਂ, ਜੇ ਆਪਾਂ ਧੱਕਾ ਕਰਾਂਗੇ ਉਹਨੂੰ ਤਾਂ ਇਹ ਹੋ ਜਾਊਗਾ ਵੀ ਮੇਰਾ ਮਾਂ ਪਿਓ ਮੇਰੇ ਨਾਲ ਹੀ ਨੀਗਾ। ਸਰਪੰਚ ਸਾਹਿਬ, ਜੇ ਕੁੱਟਮਾਰ ਕਰਨੀ ਹੁੰਦੀ ਨਾ ਮੈਂ ਮੁੰਡੇ ਨੂੰ ਵੀ ਸਮਝਾਇਆ, ਮੈਂ ਤਾਂ ਹੀ ਪਹਿਲਾਂ ਤੁਹਾਡੇ ਕੋਲ ਆਇਆ, ਇਸੇ ਕਰਕੇ ਅਸੀਂ ਕੁੱਟਮਾਰ ਉਦੋਂ ਨਹੀਂ ਕਰੀ ਅਤੇ ਹੁਣ ਵੀ ਨਹੀਂ ਕਰਦੇ, ਅਸੀਂ ਪਿਆਰ ਨਾਲ ਹੀ ਪੁੱਛਾਂਗੇ। ਹਾਂ, ਉਹਨੂੰ ਇਹ ਗੱਲਾਂ ਪਿਆਰ ਨਾਲ ਸਮਝਾ ਦੇਗਾ ਤਾਂ ਚੰਗੀ ਰਹੂਗੀ, ਕੱਲ੍ਹ ਨੂੰ ਸੋਚ ਲਾ ਕਹਿੰਦੇ ਮੁੜ ਕੇ ਕਿਸੇ ਨੇ ਤੈਨੂੰ ਮੂੰਹ ਨਹੀਂ ਲਾਉਣਾ ਕੁੜ ਕੇ। ਇਹ ਗੱਲਾਂ ਸੋਚਣ ਵਾਲੀਆਂ ਹੁੰਦੀਆਂ, ਜੇ ਆਹ ਗੱਲਾਂ ਦਾ ਉਹਦੇ 'ਤੇ ਦਬਾਅ ਪੈ ਗਿਆ ਫਿਰ ਤਾਂ ਉਹ ਪਿੱਛੇ ਹਟ ਸਕਦੇ ਆ, ਨਹੀਂ ਤਾਂ ਤੈਨੂੰ ਪਤਾ ਹੀ ਆ ਮੁਰੇ ਇਹਦਾ ਨਤੀਜਾ ਕੀ ਨਿਕਲਣਾ। ਸਰਪੰਚ ਸਾਹਿਬ, ਜੇ ਇਹ ਗੱਲ ਵੱਧ ਗਈ ਤਾਂ ਫਿਰ ਉਹਦਾ ਰਿਸ਼ਤਾ ਕੌਣ ਲਊ? ਇਹ ਗੱਲਾਂ ਬਹੁਤ ਵੱਡੀਆਂ ਹੋਈਆਂ ਸਰਪੰਚ ਸਾਹਿਬ। ਉਹ
ਉਹੀ ਤਾਂ ਮੈਂ ਗੱਲ ਕਹਿਣਾ ਗਾ, ਗੱਲਾਂ ਤਾਂ ਵੱਡੀਆਂ ਹੁੰਦੀਆਂ ਹੁੰਦੀਆਂ ਜੋਰਾ ਸਿੰਘ, ਮੈਨੂੰ ਵੀ ਇਸੇ ਗੱਲ ਦੀ ਚਿੰਤਾ ਹੋਈ ਪਈ ਆ ਵੀ ਆਪਾਂ ਵੀ ਫਿਰ ਮੂਹਰੇ ਮੂੰਹ ਕੀ ਦਿਖਾਵਾਂਗੇ ਜੇ ਕੱਲ੍ਹ ਨੂੰ 19-21 ਹੋ ਗਈ। ਠੀਕ ਹੈ ਜੀ, ਮੈਂ ਤੁਹਾਡੀ ਗੱਲ ਪੱਲੇ ਮੰਨ ਲਈ ਅਤੇ ਮੈਂ ਘਰ ਜਾ ਕੇ ਉਹਨੂੰ ਪਿਆਰ ਨਾਲ ਅਸੀਂ ਸਮਝਾਵਾਂਗੇ ਸਾਰੇ ਜਾਣੇ, ਪਿਆਰ ਨਾਲ ਸਮਝਾਉਣਾ, ਚੰਨੀ ਨੂੰ ਵੀ ਸਮਝਾਉਣਾ ਪਊਗਾ ਵੀ ਭਾਈ ਤੂੰ ਗਰਮ ਨਾ ਹੋ, ਸਰਪੰਚ ਸਾਹਿਬ ਨੇ ਆਹ ਗੱਲ ਕਹੀ ਹੈ ਅਤੇ ਮੁੰਡੇ ਨੂੰ ਹਟਾ ਤਾ ਜੇ ਰਾਹ 'ਚ ਨਹੀਂ ਆਉਂਦਾ ਵੀ ਇਹ ਕੁੜੀ ਆਪਣੇ ਪੈਰ ਨਾ ਕਰੇ, ਉਹਨੂੰ ਫੋਨ ਫੋਨ ਨਾ ਕਰੇ। ਹਾਂ ਠੀਕ ਹੈ ਜੀ, ਬਸ ਵੱਡੀ ਗੱਲ ਤਾਂ ਆ ਗਈ। ਚਲੋ ਚੰਗਾ ਸਰਪੰਚ, ਮਾੜਾ ਤੁਹਾਨੂੰ ਵੀ ਖਿਆਲ ਰੱਖਣਾ ਪਊਗਾ। ਨਹੀਂ ਰੱਖਾਂਗੇ ਖਿਆਲ, ਜੇ ਤੁਸੀਂ ਮਾੜਾ ਖਿਆਲ ਰੱਖੋਗੇ ਨਾ ਫਿਰ ਇਹਦਾ ਹੱਲ ਹੋ ਸਕਦਾ। ਖਿਆਲ ਰੱਖਾਂਗੇ, ਰੱਖਣਾ ਵੀ ਪਊਗਾ। ਪਹਿਲਾਂ ਤਾਂ ਸਾਨੂੰ ਵੇਖ ਰਹੇ ਸੀਗੇ ਕੋਈ ਗੱਲ ਨਹੀਂ, ਸਕੂਲ ਰੋਜ਼ ਹੀ ਜਾਂਦੀ ਸੀ ਪੜ੍ਹਨ, ਇਹ ਤਾਂ ਜੇ ਮੈਂ ਉਹਦੇ ਅਚਾਨਕ ਮੈਨੂੰ ਪਤਾ ਲੱਗ ਗਿਆ ਵੀ ਆਹ ਫੋਨ ਕਿਹਨੂੰ ਕਰੀ ਜਾਂਦੀ ਹੈ ਤਾਂ ਸਾਰੀ ਗੱਲਬਾਤ ਦਾ ਪਤਾ ਲੱਗ ਗਿਆ। ਚੱਲ ਕੋਈ ਗੱਲ ਨਹੀਂ, ਚੰਗਾ ਸਰਪੰਚ ਸਾਹਿਬ ਦਿਓ ਜੀ, ਠੀਕ ਹੈ, ਧੰਨਵਾਦ ਤੁਹਾਡਾ ਬਹੁਤ, ਧੰਨਵਾਦ ਜੀ। ਅੱਜ ਕੱਲ੍ਹ ਇੱਥੋਂ ਬੰਦਾ ਮਾਰ ਖਾ ਜਾਂਦਾ, ਜੇ ਸਮਝ ਜੇ ਕੁੜੀ ਫਿਰ ਵੀ ਕਹਿੰਦੇ ਚੰਗਾ ਰਹੋ ਅਤੇ ਨਹੀਂ ਤਾਂ ਫਿਰ ਇਹਦਾ ਨਤੀਜਾ ਨਾ ਐਂਡ 'ਤੇ ਗਲਤ ਹੀ ਨਿਕਲੂਗਾ। ਹੁਣ ਮੁੰਡੇ ਨੇ ਤਾਂ ਇਹ ਗੱਲ ਕਹਿ ਕੇ ਆਪਦਾ ਖਿਹੜਾ ਛਡਾ ਲਿਆ ਵੀ ਮੈਂ ਉਹਨੂੰ ਫੋਨ ਨਹੀਂ ਲਾਉਂਦਾ, ਪਰ ਮੁੰਡੇ ਨੂੰ ਵੀ ਪਤਾ ਹੀ ਹੋਊਗਾ ਨਾ ਉਹ ਆਪਦੇ ਆਪਦੇ ਫੋਨ ਤਾਂ ਮੈਨੂੰ ਲਾਊ ਲਾਊਗੀ। ਗੱਲ ਤਾਂ ਹੁਣ ਇੱਥੇ ਜੇ ਕੁੜੀ ਵੀ ਸਮਝ ਜੇ ਨਾ ਘਰ ਵਸਦਿਆਂ 'ਚ ਰਹਿ ਜੂਗਾ, ਨਹੀਂ ਇਹਨਾਂ ਗੱਲਾਂ 'ਚ ਨਾ ਘਰਾਂ ਦੇ ਘਰ ਉਜੜ ਜਾਂਦੇ ਹੁੰਦੇ ਆ। ਧੀ ਪੁੱਤ ਨੂੰ ਵੀ ਇੱਥੇ ਸਮਝਣਾ ਚਾਹੀਦਾ ਹੁੰਦਾ, ਇੱਥੇ ਆ ਕੇ ਧੀ ਪੁੱਤ ਮਾਰ ਖਾ ਜਾਂਦਾ। ਲੋ ਪਤਾ ਨਹੀਂ ਕਿੱਧਰ ਨਿਕਲਿਆ ਤੜਕੇ ਦਾ, ਆਹ ਵੇਲਾ ਆ ਗਿਆ ਹਲੇ ਨਹੀਂ ਆਇਆ, ਆ ਆਉਂਦਾ। ਕਿੱਧਰ ਨਿਕਲੇ ਸੀਗੇ ਤੜਕੇ ਦੇ ਗਿਆ ਤੂੰ? ਉਹ ਕਬੀਲਦਾਰੀ ਦਾ ਥੋ ਕੰਮ ਆਉਂਦਾ, ਹੁਣ ਸਾਰਾ ਕੁਝ ਤੈਨੂੰ ਦੱਸ ਕੇ ਜਾਈਏ ਜਾਂ ਚਾਹੀ ਕੁੱਟ ਲਿਆ, ਠੰਡ ਇੰਨੀ ਹੋਈ ਪਈ ਹੈ। ਆਹੋ ਮੈਨੂੰ ਤਾਂ ਕੀ ਲੋੜ ਆ ਦੱਸਣ ਦੀ, ਮੈਨੂੰ ਤਾਂ ਨੌਕਰਾਣੀ ਸਮਝ ਰੱਖਿਆ, ਪਤਾ ਨਹੀਂ ਕੀ ਖਿਚੜੀ ਪੱਕਦੀ ਰਹਿੰਦੀ ਹੈ, ਸਮਝ ਨਹੀਂ ਆਉਂਦੀ ਮੈਨੂੰ ਤਾਂ, ਕੁਛ ਤਾਂ ਦੱਸ ਦਿਆ ਕਰ ਮੈਨੂੰ ਕੋਈ ਗੱਲ। ਮੈਨੂੰ ਲੱਗਦਾ ਇਹ ਚੁੱਪ ਨਹੀਂ ਹੁੰਦੀ, ਕਿੱਡੀ ਜ਼ਬਾਨ ਲੱਗੀ ਹੈ, ਤੈਨੂੰ ਇੱਕ ਵਾਰੀ ਕਿਹਾ ਜਾ ਕੇ ਚਾਹ ਲਿਆ, ਲਿਆ ਦਿੰਨੀ ਆ, ਬੜਾ ਔਖਾ ਜਿਹਾ ਨਾ ਉਹ ਤੜਕੇ ਦਾ ਨਿਕਲਿਆ ਹੁਣ ਆਇਆ ਹਜੇ ਰੋਹ ਮਾਰਦਾ ਗਾ ਮੇਰੇ ਤੇ, ਪਹਿਲਾਂ ਤਾਂ ਐਂ ਕਦੇ ਬੋਲਿਆ ਨਹੀਂ, ਕੋਈ ਬਾਹਲੀ ਵੱਡੀ ਗੱਲ ਹੈ? ਚੱਲ ਪੁੱਛਦੀ ਆ ਜਾ ਕੇ, ਇਹੀ ਜੀ ਕੀ ਗੱਲ, ਇੰਨਾ ਰੁੱਖਾ ਬੋਲਿਆ ਪਟ ਖਾਣੇ। ਹਲ ਹੁਣ ਦੱਸ ਮੈਨੂੰ ਕੀ ਗੱਲ ਹੈ? ਹੁਣ ਤੈਨੂੰ ਦੱਸਣਾ ਤਾਂ ਪਊਗਾ ਹੀ, ਤੂੰ ਤਾਂ ਪਹਿਲਾਂ ਮੇਰੇ ਆਉਂਦੇ ਦੀ ਗੱਲ ਪੈ ਗਈ। ਤੇਰੀ ਕੁੜੀ ਨਾ ਆਸ਼ਕੀਆਂ ਕਰਦੀ ਫਿਰਦੀ ਹੈ, ਪਿੰਡ ਦੇ ਮੁੰਡੇ ਨਾਲ ਪੀਂਘਾਂ ਝੂਟਦੀ ਫਿਰਦੀ ਹੈ। ਅੱਛਾ ਤੈਨੂੰ ਕਿਵੇਂ ਪਤਾ ਲੱਗ ਗਿਆ? ਮੈਂ ਸੁਣ ਲੈ, ਉਦੋਂ ਜਦੋਂ ਮੈਂ ਬਾਹਰ ਨੂੰ ਗਿਆ ਸੀ ਨਾ, ਬਾਹਰੋਂ ਮੈਂ ਆਉਂਦਾ ਸੀ ਤੇ ਉਹ ਫੋਨ ਤੇ ਗੱਲਾਂ ਕਰੀ ਜਾਂਦੀ ਸੀ ਵੀ ਘਰੇ ਤਾਂ ਕੋਈ ਨੀ, ਜਦੋਂ ਐਂ ਗੱਲ ਸੁਣੀ ਮੈਂ ਉੱਥੇ ਰੁਕ ਗਿਆ ਬਾਹਰ ਗਏ, ਉਹਨੂੰ ਵੀ ਨੀ ਪਤਾ ਲੱਗਿਆ, ਉਹ ਗੱਲਾਂ ਕਰਕੇ ਫੋਨ ਤਾਂ ਉੱਥੇ ਹੀ ਰੱਖਤਾ ਤੇ ਮੈਂ ਆ ਕੇ ਬਾਹਰੋਂ ਫੋਨ ਦੇ ਨੰਬਰ ਲਾ ਲਿਆ, ਨੰਬਰ ਲਾ ਕੇ ਫਿਰ ਮੈਂ ਚੰਨੀ ਨੂੰ ਦੱਸਿਆ ਕਿ ਚੰਨੀ ਤਾਂ ਫਿਰ ਬਹੁਤ ਬਾਹਲਾ ਗਰਮ ਹੋ ਗਿਆ। ਛੱਕ ਤਾਂ ਮੈਨੂੰ ਵੀ ਹੋਇਆ ਸੀ ਇੱਕ ਦੋ ਵਾਰੀ, ਪਰ ਜਦੋਂ ਮੈਂ ਪੁੱਛਿਆ ਮੈਨੂੰ ਕਹਿੰਦੀ ਹੈ ਅਮਨ ਦਾ ਫੋਨ ਹੈ। ਅੱਜ ਅਸੀਂ ਉਹ ਮੁੰਡੇ ਨੂੰ ਸਮਝਾ ਕੇ ਆਏ ਆ, ਪਰ ਉਹਨੇ ਜਵਾਬ ਦਿੱਤਾ ਵੀ ਆਪਦੀ ਕੁੜੀ ਨੂੰ ਸਮਝਾ ਲਓ, ਮੈਂ ਨਹੀਂ ਫੋਨ ਕਰਦਾ, ਹੁਣ ਤੂੰ ਆਪਣੀ ਕੁੜੀ ਨੂੰ ਪਿਆਰ ਨਾਲ ਸਮਝਾ ਦੇ ਵੀ ਉਹਨੂੰ ਫੋਨ ਨਾ ਕਰੇ, ਨਹੀਂ ਤਾਂ ਕੰਮ ਬਹੁਤ ਵਿਗੜ ਜੂਗਾ। ਉਸ ਮੁੰਡੇ ਦਾ ਖਹਿੜਾ ਛੱਡ ਦੇ, ਨਹੀਂ ਤਾਂ ਤੈਨੂੰ ਪਤਾ ਹੀ ਹੈ ਸਾਡੇ ਗੁੱਸੇ ਦਾ, ਉਸ ਮੁੰਡੇ ਨੂੰ ਮੈਂ ਗੋਲੀ ਮਾਰ ਦਿਆਂਗਾ। ਉਹ ਮੁੰਡਾ ਕਿੰਨਾ ਦਾ ਹੈ ਪਤਾ ਤੁਹਾਨੂੰ? ਕਿਹਦਾ ਮੁੰਡਾ, ਕੀ ਕਹਿੰਦਾ ਸੀ ਉਹ? ਉਹਨੇ ਕੀ ਕਹਿਣਾ ਸੀ, ਮੈਂ ਰੀਤ ਨੂੰ ਪਿਆਰ ਕਰਦਾ, ਰੀਤ ਮੈਨੂੰ ਪਿਆਰ ਕਰਦੀ ਹੈ, ਇਹ ਗੱਲਾਂ ਸਰਪੰਚ ਨੂੰ ਕਹੀਆਂ ਨੇ ਵੀ ਜੇ ਰੀਤ ਮੇਰੇ ਨਾਲ ਹੈ ਨਾ ਤਾਂ ਅਸੀਂ ਦੋਨੇ ਵਿਆਹ ਕਰਵਾਵਾਂਗੇ, ਨਾਲੇ ਤੈਨੂੰ ਪਤਾ ਪਿਆਰ ਕਰਨ ਵਾਲੇ ਆਸ਼ਕ ਨੰਗ ਬਲੰਗ ਹੁੰਦੇ ਨੇ। ਅੱਛਾ ਇੰਨੀ ਜ਼ਰੂਰਤ ਉਹਦੀ, ਤੁਸੀਂ ਇੰਨੀਆਂ ਗੱਲਾਂ ਸੁਣ ਕੇ ਉਹਦੀਆਂ ਲੱਤਾਂ ਕਿਉਂ ਨਹੀਂ ਵੱਢੀਆਂ? ਉਹ ਅਸੀਂ ਨਹੀਂ ਗਏ ਸੀ, ਸਰਪੰਚ ਸਾਹਿਬ ਨੂੰ ਭੇਜਿਆ ਸੀ ਅਸੀਂ, ਕਰਤਾ ਮੈਂ ਸਭ ਕੁਛ ਸਕਦਾ,
ਪਰ ਮੈਂ ਸੋਚਿਆ ਮਾਰ ਕੇ ਉਹਨੂੰ ਦੱਬ ਵੀ ਸਕਦੇ ਸੀਗੇ ਵੀ ਇੱਕ ਵਾਰੀ ਆਪਾਂ ਰੀਤ ਨੂੰ ਸਮਝਾ ਦਈਏ ਪਿਆਰ ਨਾਲ। ਉਹ ਕਰਤਾ ਮੈਂ ਸਭ ਕੁਝ ਸਕਦਾ ਸੀ ਵੀ ਮਾਰ ਕੇ ਉਹਨੂੰ ਦੱਬ ਲਿਆ ਵੀ ਮੁਸ਼ਕ ਵੀ ਨਾ ਨਿਕਲੇ, ਪਰ ਮੈਂ ਸੋਚਦਾ ਵੀ ਇੱਕ ਵਾਰੀ ਰੀਤ ਨੂੰ ਪਿਆਰ ਨਾਲ ਆਪਾਂ ਸਮਝਾ ਦਈਏ। ਇਹ ਕੰਮ ਤਾਂ ਜਦੋਂ ਮਰਜ਼ੀ ਕਰ ਲਈਏ। ਇਹੋ ਜਿਹੇ ਸਿਰ ਫਿਰੇ ਆਸ਼ਕ ਦਾ ਕੀ ਕਰਾਂਗੇ ਤੇ ਕੁੜੀ ਨੂੰ ਭਜਾ ਕੇ ਲੈ ਗਿਆ, ਕੀ ਰਹੂਗੀ ਆਪਣੀ ਸਰਦਾਰੀ ਜਦੋਂ ਆਪਣੀ ਕੁੜੀ ਨੂੰ ਕੱਢ ਕੇ ਲੈ ਗਿਆ ਕੋਈ। ਆਪਾਂ ਕਿਸੇ ਨੂੰ ਮੂੰਹ ਦਿਖਾਉਣ ਦੇ ਲਾਇਕ ਨਹੀਂ ਰਹਿਣਾ। ਚੱਲ ਮੈਂ ਕੱਲ ਨੂੰ ਵਿਚੋਲੇ ਨਾਲ ਕਰਦਾ ਗੱਲ। ਉਹ ਕਹਿੰਦਾ ਸੀ ਮੇਰੇ ਹੱਥ 'ਚ ਚੰਗਾ ਰਿਸ਼ਤਾ, ਤੂੰ ਰੀਤ ਨੂੰ ਸਮਝਾ ਦੀ ਪਿਆਰ ਨਾਲ, ਤੇ ਮੈਂ ਸ਼ਹਿਰ ਜਾਇਆ ਵਾ ਹੁਣ, ਹੈ ਵਿਚੋਲੇ ਨਾਲ ਫਿਰ ਕਰੂੰਗਾ ਗੱਲ। ਠੀਕ ਹੈ, ਜਾਇਓ ਤੁਸੀਂ। ਠੀਕ ਹੈ, ਵਧੀਆ ਹੈ, ਸਾਡੀ ਵੀ ਇੱਜ਼ਤ ਰਹਿ ਜੇ, ਤੁਸੀਂ ਆਪ ਵਿਆਹ ਕੇ ਤੋਰੀਏ ਕੁੜੀ ਨੂੰ। ਹੈਂ, ਮੈਨੂੰ ਤਾਂ ਫਿਕਰ ਲੱਗਿਆ ਪਿਆ ਜਾਣ ਨੂੰ ਬਣੀ ਵੀ ਇਹ ਵਿਆਹ ਕੀ ਬਣ ਗਿਆ ਸਾਡੇ, ਹੈਂ ਕੀ ਲੋਕ ਕਹਿਣਗੇ ਬਣੇ ਸਰਦਾਰੀ ਦੇ ਅਤੇ ਕੁੜੀ ਦੇਖ ਲਾ। ਹਾਏ ਰੱਬਾ ਤੂੰ ਬਚਾਈ, ਤੂੰ ਬਚਾਈ ਸਾਡੀ ਇੱਜ਼ਤ ਤੇਰੇ ਹੱਥ।